ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂ ਐੱਸ ਏ ਦੇ ਨਾਲ ਅਤੇ ਖਬਰ 'ਤੇ ਨਜ਼ਰ ਪ੍ਰੋਗਰਾਮ ਹੈ, ਜਿਸ ਦੇ ਵਿੱਚ ਇਸ ਟਾਈਮ 'ਤੇ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡੇ ਕੋਲ ਸਵਾਲ ਆ ਉਹ ਪਲਤੇਜ ਪੰਨੂ ਹੋਰਾਂ ਤੋਂ ਪੁੱਛ ਸਕਦੇ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਹਾਂ ਤੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰੇ ਦੋ ਛੋਟੇ ਛੋਟੇ ਸਵਾਲ ਆ। ਜਿਹੜਾ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਿੱਚ ਬੰਦਾ ਇੱਕ ਫੜਿਆ, ਉਹਨੇ ਆਮ ਆਦਮੀ ਦੇ MLA ਦਾ ਨਾਂ ਲਿਆ ਤਾਂ ਉਹਨੂੰ ਜਾ ਕੇ ਇਹਨਾਂ ਨੇ ਵਾਰੰਟ ਇਸ਼ੂ ਕਰਾ ਕੇ ਦਿੱਲੀ ਤੋਂ ਜਾ ਕੇ ਅਰੈਸਟ ਕਰ ਲਿਆ। ਉਹੋ ਹੀ ਸੇਮ ਥਿੰਗ ਭੋਲੇ ਨੇ ਮਜੀਠੀ ਦਾ ਨਾਂ ਲਿਆ ਸੀ ਤਾਂ ਉਹਨੂੰ ਅੱਜ ਤੱਕ ਇਹਨਾਂ ਨੇ ਕੁਛ ਵੀ ਨਹੀਂ ਕੀਤਾ। ਸੇਮ ਹੀ ਕਾਨੂੰਨ ਉਹਦੇ 'ਤੇ ਲਾਗੂ ਨਹੀਂ ਹੁੰਦਾ। ਅਤੇ ਦੂਜਾ ਕੁਐਸਚਨ ਆ ਛੋਟਾ ਜਿਹਾ, ਵੀ ਜਿਹੜੇ 8 ਓਲੰਪਿਕ ਦੇ ਵਿੱਚ ਪੰਜਾਬ ਦੇ ਖਿਡਾਰੀ ਜਾਂਦੇ ਉਹਨਾਂ ਨੂੰ ਤਾਂ ਇਹਨਾਂ ਨੇ ਕਿਰਾਇਆ ਵੀ ਨਹੀਂ ਦਿੱਤਾ ਜਾਣ ਨੂੰ, ਅਤੇ ਕਬੱਡੀ ਦਾ ਜਿਹੜਾ ਮੈਚ ਹੋਣਾ ਉਹ 'ਤੇ ਕਰੋੜਾਂ ਰੁਪਈਏ ਲਾ ਦੇਣੇ, ਤਾਂ ਕੀ ਮਾਜਦਾ ਹੀ ਦੱਸਿਓ ਮਾੜਾ ਜਿਹਾ ਭੈਣ ਜੀ, ਮੈਨੂੰ ਸੁਣ ਲੈਣ ਦਿਓ ਜੀ। ਜੀ ਦੇਖੋ, ਜਿੱਥੋਂ ਤੱਕ ਪੰਜਾਬ ਦੇ ਖਿਡਾਰੀਆਂ ਦੀ ਗੱਲ ਹੈ, ਓਲੰਪਿਕ ਦਾ ਛੱਡੋ ਜੀ, ਜਦੋਂ ਕੁੜੀਆਂ ਨੇ ਕਬੱਡੀ ਕੱਪ ਜਿੱਤਿਆ ਸੀਗਾ ਉਹ ਤਾਂ ਵਿਚਾਰੇ 3-wheeler ਦਾ ਕਿਰਾਇਆ ਆਪਣੇ ਪੱਲਿਓਂ ਲਾ ਕੇ ਗਈਆਂ ਸੀਗੀਆਂ, ਇਹ ਤਾਂ ਜਹਾਜ਼ ਦੀਆਂ ਟਿਕਟਾਂ ਨੇ, ਇੱਥੇ 3-wheeler ਦੀਆਂ ਕਿਸੇ ਨੇ ਨਹੀਂ ਸੀ ਦਿੱਤੀਆਂ ਉਹਨਾਂ ਨੂੰ। ਜਿੱਥੋਂ ਤੱਕ ਗੱਲ ਤੁਸੀਂ ਨਰੇਸ਼ ਯਾਦਵ ਦੀ ਕੀਤੀ ਹੈ ਜੀ, ਮੈਂ ਵੈਸੇ ਡਿਟੇਲ ਦੇ ਵਿੱਚ ਸਾਂਝਾ ਉਹ ਕਰ ਹੀ ਦਿੱਤਾ ਜੀ, ਜਗਦੀਸ਼ ਭੋਲੇ ਨੇ ਜਿਹੜਾ ਕਿਹਾ ਸੀਗਾ ਉਦੋਂ, ਬਿਲਕੁਲ ਮਾਮਲਾ ਤਾਂ ਉਹੀ ਬਣਦਾ, ਪਰ ਪ੍ਰੋਬਲਮ ਇਹ ਹੈ ਨਾ ਜੀ, ਪਾਵਰ ਅਤੇ ਪਾਵਰ ਤੋਂ ਬਿਨਾਂ ਜਿਹੜਾ ਜੀ ਉਹ ਇਹੀ ਚੀਜ਼ਾਂ ਫਿਰ ਹੁੰਦੀਆਂ ਨੇ, ਜਿਹਦੇ ਵਿੱਚ ਪੰਜਾਬੀ 'ਚ ਕਿਹਾ ਜਾਂਦਾ ਨਾ, ਇੰਗਲਿਸ਼ ਦੀ ਕਹਾਵਤ ਆ, ਪੰਜਾਬੀ 'ਚ ਤਰਜਮਾ ਤਾਂ ਉਹਦਾ ਇਹੀ ਹੈ ਨਾ ਜੀ, ਇਹੀ ਆ ਕਿ ਤੁਹਾਡਾ ਕੁੱਤਾ ਕੁੱਤਾ, ਸਾਡਾ ਕੁੱਤਾ ਟੋਮੀ। ਜੀ ਜੀ ਬਿਲਕੁਲ। ਅਤੇ ਅੱਗੇ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ ਜੀ। ਬੇਨਤੀ ਇਸ ਤਰ੍ਹਾਂ ਜੀ ਪੰਨੂ ਸਾਹਿਬ, ਤੇ ਹੁਣ ਕਿੰਨੇ MLA ਬਾਕੀ ਬਚੇ ਨੇ ਜਿਨ੍ਹਾਂ ਤੇ ਕੇਸ ਅਜੇ ਰਜਿਸਟਰ ਨਹੀਂ ਹੋਏ, ਤੇ ਉਹਨਾਂ ਨੂੰ ਕਿੰਨੇ ਵਿੱਚ ਕੇਸ ਰਜਿਸਟਰ ਕਰਕੇ ਤੇ ਜੇਲ੍ਹਾਂ 'ਚ ਤਾੜ ਦਿੱਤਾ ਜਾਊਗਾ? 11 ਦੇ ਉੱਤੇ ਤਾਂ ਜਿਹੜੇ ਆ ਜੀ ਉਹ ਹੋ ਚੁੱਕੇ ਆ, ਤੇ ਜਿਹੜੇ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਬਣਾਏ ਨੇ ਤਲਵਾਰ, ਉਹਨਾਂ ਦੇ ਉੱਤੇ ਵੀ ਜਿਹੜੀ ਆ ਜੀ ਉਹ ਲਟਕ ਰਹੀ ਆ। ਜਿਹੜੇ ਹਿਸਾਬ ਨਾਲ ਐਵਰੇਜ ਚੱਲ ਰਹੀ ਆ, ਕੋਈ ਮਹੀਨੇ ਦਾ 1 ਦੀ ਜਿਹੜੀ ਐਵਰੇਜ ਜਿਹੜੀ ਇਸ ਵੇਲੇ ਕੇਂਦਰ ਦੀ ਸਰਕਾਰ ਦੇ ਰਹੀ ਹੈ ਜੀ, ਕਿ 1 ਜਿਹੜੇ MLA ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਉਲਝਾ ਕੇ ਕੇਸ ਜਿਹੜਾ ਜੀ ਉਹ ਦਰਜ ਕਰਨਾ। ਤੋ ਬਚੇ ਹੋਏ ਕਿੰਨੇ ਨੇ ਤੁਸੀਂ ਕੈਲਕੂਲੇਟ ਕਰ ਲੈਣਾ, 11 ਅਤੇ 21 ਅਤੇ ਬਾਕੀ ਜਿਹੜੇ ਨੇ ਕਿੰਨੇ ਮਹੀਨੇ ਉਹਨਾਂ ਨੂੰ ਲੱਗਣਗੇ, ਇਹ ਵੈਸੇ ਐਵਰੇਜ ਵੱਧ ਘੱਟ ਵੀ ਸਕਦੀ ਹੈ। ਹਾਂ ਜੀ ਬਿਲਕੁਲ, ਸੁਣਨ ਵਿੱਚ ਇਹੀ ਆਉਂਦਾ ਕਿ ਪੂਰੀਆਂ ਤਿਆਰੀਆਂ ਸਾਰਿਆਂ ਦੇ ਉੱਤੇ। ਇੰਦਰਤੂਰ ਜੀ, ਬਿੰਦਰਤੂਰ ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੇ ਸਾਰਿਆਂ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਤੁਹਾਨੂੰ ਤਾਂ ਜੀ ਕਰਦਾ ਕਸਤੂਰੀ ਤੇ ਕੇਸਰ ਲਿਆ ਕੇ ਖਵਾਈਏ, ਬਹੁਤ ਵਧੀਆ ਤੁਸੀਂ ਖਬਰਾਂ ਸੁਣਾਉਂਦੇ ਜੀ। ਥੈਂਕ ਯੂ ਜੀ। ਮੇਰੇ ਸਵਾਲ ਇਹ ਆ ਵੀ ਭਾਜੀ, ਵੀ ਇੰਨਾ ਸੱਚ ਨਹੀਂ ਬੋਲਣਾ ਚਾਹੀਦਾ, ਕਹਿੰਦੇ 4 ਕੁ ਬੰਦੇ ਰੱਖ ਲੈਣੇ ਚਾਹੀਦੇ ਆ ਮੋਢਾ ਦੇਣ ਲਈ। ਹੁਣ ਇਹਨੇ ਆਪਣੇ ਭਗਵੰਤ ਮਾਨ ਨੇ ਆ ਜਿਹੜਾ ਸੰਸਦ ਵਿੱਚ ਉੱਥੇ ਪਾਰਲੀਮੈਂਟ 'ਚ ਹੋਇਆ ਹੰਗਾਮਾ, ਇਹਨੇ ਸਾਰਿਆਂ ਤੇ ਭਗਵੰਤ ਮਾਨ ਨੇ ਤਵੇ ਲਾਏ ਸੀ, ਚੰਦੂ ਮਾਜਰਾ ਤੇ ਵੀ ਲਾਇਆ ਸੀ, ਹਰਸਿਮਰਤ ਤੇ ਵੀ ਲਾਇਆ ਸੀ, ਕਿਹੜਾ ਬੰਦਾ ਜੀਤੇ ਨੇ ਤਵਾ ਨਹੀਂ ਲਾਇਆ? ਹੁਣ ਉਹ ਬਦਲਾ ਲੈ ਰਿਹਾ, ਭਾਵੇਂ ਇਹ ਗਲਤੀ ਮਾਮੂਲੀ ਜੀ ਉਹਨੇ ਕੀਤੀ ਆ, ਬਾਹਰਲਾ ਹਿੱਸਾ ਹੀ ਵਿਖਾਇਆ ਹੈ ਜਿੱਥੇ 0 hour ਦੇ ਸਵਾਲ ਜਵਾਬ ਲਿਖਾਏ ਜਾਂਦੇ ਆ। ਬਾਕੀ ਉਹਨਾਂ ਨੇ ਜਿੱਦਾਂ ਇਹ ਇਸ਼ੂ ਬਣਾ ਲਿਆ ਵੀ ਇਹ ਸੰਸਦ ਤੇ ਹਮਲਾ ਹੋ ਸਕਦਾ, ਜਿਹਨੇ ਦੇਖੋ ਸੰਸਦ ਤੇ ਹਮਲਾ ਕਰਨਾ ਉਹਨੇ ਤਾਂ ਤਲੀ ਤੇ ਰੱਖ ਕੇ ਆਉਣਾ, ਉਹਨੇ ਇਹ ਨਹੀਂ ਵੇਖਣਾ ਵੀ ਸੰਸਦ ਦੇ ਵਿੱਚ ਕਿੱਧਰੋਂ ਬੂਹਾ ਲੰਘਦਾ ਤੇ ਕਿੱਧਰੋਂ ਨਹੀਂ, ਉਹਨਾਂ ਇਹ ਕੈਮਰਾ ਨਹੀਂ ਵੇਖਣਾ ਭਗਵੰਤ ਮਾਨ ਦਾ, ਉਹ ਤਾਂ ਤਲੀ ਤੇ ਰੱਖ ਕੇ ਆਉਂਦੇ ਆ। ਤਾਂ ਮੌਕਾ ਦੇਣਾ ਹੀ ਨਹੀਂ ਚਾਹੀਦਾ ਭਾਜੀ ਭਗਵੰਤ ਮਾਨ ਨੂੰ ਇਹੋ ਜਿਹਾ ਕੋਈ ਵੀ ਕੰਮ ਕਰਨ ਦਾ, ਕਿਉਂਕਿ ਉਹ ਤਾਂ ਬਹਾਨੇ ਭਾਲਦੇ ਆ ਆਪ ਨੂੰ ਥੱਲੇ ਲਾਉਣ ਦੇ, ਕੋਈ ਨਾ ਕੋਈ ਦੂਸਰੀਆਂ ਪਾਰਟੀਆਂ ਜਿਹੜੀਆਂ, ਕਿਉਂਕਿ ਆਪ ਦੀ ਚੜ੍ਹਾਈ ਮਹਾਰਾਜ ਦੀ ਮੇਰੇ ਨਾਲ ਦਿੱਲੀ 'ਚ ਬਹੁਤ ਹੋ ਗਈ ਆ, ਤੇ ਉਹ ਤਾਂ ਬਹਾਨੇ ਭਾਲਦੇ ਆ ਜੀ। ਬਿੰਦਰਤੂਰ ਜੀ, ਤੁਹਾਡਾ ਕੋਈ ਸਵਾਲ ਵੀ ਆ? ਮੇਰਾ ਸਵਾਲ ਇਹ ਆ ਵੀ ਭਾਜੀ ਭਗਵੰਤ ਮਾਨ ਨੂੰ ਕੋਈ ਮੌਕਾ ਨਹੀਂ ਇਹੋ ਜਿਹਾ ਦੇਣਾ ਚਾਹੀਦਾ? ਇਹ ਗੱਲ ਦੇ ਕੇ ਤੁਸੀਂ ਆਪਣੇ ਸਵਾਲ ਦਾ ਜਵਾਬ ਤਾਂ ਜਿਹੜਾ ਜੀ ਉਹ ਆਪ ਹੀ ਦੇ ਦਿੱਤਾ, ਕਿ ਜਿਹੜਾ ਜੀ ਮੌਕਾ ਨਹੀਂ ਦੇਣਾ ਚਾਹੀਦਾ, ਹੋਣਾ ਇਹੀ ਚਾਹੀਦਾ ਜੀ ਕਿ ਮੌਕਾ ਜਿਹੜਾ ਉਹ ਦਿੱਤਾ ਹੀ ਜਿਹੜਾ ਕਿਉਂ ਜਾਵੇ। ਸੋ ਸਵਾਲਾਂ ਦਾ ਸਵਾਲ ਇਹੀ ਆ, ਹਾਂ ਮੌਕਾ ਮਿਲ ਗਿਆ ਅਤੇ ਹੁਣ ਜਿਹੜਾ ਜੀ ਜੋ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜਿਵੇਂ ਤੁਸੀਂ ਕਿਹਾ ਉਹ ਬੋਲਦੇ ਰਹੇ ਨੇ, ਉਹਨਾਂ ਨੇ ਇਕੱਠੇ ਤਾਂ ਜਿਹੜਾ ਜੀ ਉਹਨਾਂ ਦੇ ਖਿਲਾਫ
ਹੋਣਾ ਹੀ ਸੀਗਾ। ਪਰ ਜਿੱਥੋਂ ਤੱਕ ਗੱਲ ਜੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਉਹਨਾਂ ਨੇ ਇਹ ਸਾਰਾ ਕੁਛ ਕੀਤਾ ਜਿਹੜਾ ਇਹਦੇ ਵਿੱਚੋਂ ਪਤਾ ਲੱਗ ਰਿਹਾ, ਤਾਂ ਪੰਜਾਬ ਦੇ ਵਿੱਚ ਇਹਦਾ ਕੋਈ ਅਸਰ ਨਹੀਂ ਗਾ ਜੀ, ਕੋਈ ਅਸਰ ਪੰਜਾਬ ਦੇ ਲੋਕਾਂ ਦੇ ਉੱਤੇ ਹਾਲ ਦੀ ਘੜੀ ਤੱਕ ਇਹਦਾ ਜਿਹੜਾ ਜੀ ਉਹ ਨਹੀਂ ਹੈਗਾ। ਜਿਵੇਂ ਮੈਂ ਖਬਰਾਂ 'ਚ ਸਾਂਝਾ ਕੀਤਾ ਕਿ ਸਗੋਂ ਇੱਕ ਕਿਸਮ ਦੇ ਨਾਲ ਇਹ ਮੌਕਾ ਜਿਹੜਾ ਜੀ ਉਹ ਪ੍ਰੋਵਾਈਡ ਹੋ ਗਿਆ, ਜਿਹੜੇ ਸਸਪੈਂਡ ਵੀ ਕੀਤੇ ਹੋਏ ਨੇ ਜਿਹੋ ਜਿਹਾ ਸਟੈਂਡ ਉਹਨਾਂ ਨੇ ਲਿਆ, ਜੇ ਉਸ ਸਟੈਂਡ ਨੂੰ ਪੋਜ਼ਿਟਿਵ ਲਵੇ ਪਾਰਟੀ ਤੇ ਉਹਨਾਂ ਨੂੰ ਵੀ ਨੇੜੇ ਜਿਹੜਾ ਜੀ ਉਹ ਕਰ ਲੈਣਾ ਚਾਹੀਦਾ ਇਹਨੂੰ। ਜੀ ਬਿਲਕੁਲ। ਅਤੇ ਜਿਸ ਰੋਤੇ ਤੁਸੀਂ ਕਾਲ ਕਰ ਸਕਦੇ, ਕਾਲ ਕਰਕੇ ਸਵਾਲ ਪੁੱਛਣਾ ਆ, ਜਿਹੜੇ ਵਿਚਾਰ ਦੇਣੇ ਆ ਉਹ ਜਿਹੜੇ ਵੀਕਡੇ ਦੇ ਵਿੱਚ ਸ਼ੋਅ ਹੁੰਦੇ ਆ, ਵਿਚਾਰ ਆਪਣੇ ਉਹਦੇ ਵਿੱਚ ਦਿਆ ਕਰੋ। ਇਸ ਵੇਲੇ ਤੁਸੀਂ ਨਾ ਸਵਾਲ ਪੁੱਛ ਲਿਆ ਕਰੋ। ਸੱਚਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਰਪਾ ਜੀ। ਮੇਰਾ ਤਾਂ ਇਹੀ ਸਵਾਲ ਆ ਜੀ, ਇੱਕ ਛੋਟਾ ਜਿਹਾ, ਵੀ ਜਿੱਦਾਂ ਪੁਰਾਣੇ ਚਿਹਰੇ ਨੇ ਜਾਂ ਪੁਰਾਣੇ ਵਲੰਟੀਅਰ ਨੇ ਇਹ ਪਾਰਟੀ ਦੇ ਵਿੱਚ, ਜਿਵੇਂ ਹੁਣ ਨਵੇਂ ਸਿੱਧੂ ਬਾਰੇ ਬਹੁਤ ਰੌਲਾ ਪੈ ਰਿਹਾ ਜੋ ਉਹਨੂੰ ਮੁੱਖ ਮੰਤਰੀ ਵਾਸਤੇ ਆਫਰ ਦਿੱਤੀ ਜਾਏ ਜਾਂ ਏਦਾਂ ਕੁਛ ਕੀਤਾ ਜਾਏ, ਤੇ ਚਲੋ ਭਗਵੰਤ ਮਾਨ ਦਾ ਇਹਨਾਂ ਨੂੰ ਪਤਾ ਹੀ ਵੀ ਆਮ ਆਦਮੀ ਪਾਰਟੀ ਨੇ ਇਹਨਾਂ ਥੱਲੇ ਖੁੰਝੇ ਲਾਣਾ ਹੀ ਲਾਣਾ, ਉਹ ਤਾਂ ਇਹਨਾਂ ਦੀ ਨੀਤੀ ਆ, ਉਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ। ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ, ਜਿੱਦਾਂ ਹੁਣ ਸਿੱਧੂ ਆਉਂਦਾ ਹੈ ਤੇ ਜਿਹੜੇ ਪੁਰਾਣੇ ਚਿਹਰੇ ਨੇ ਉਹ ਕੀ ਕਹਿਣਗੇ? ਥੈਂਕ ਯੂ। ਦੇਖੋ ਥੋੜ੍ਹੀ ਖਲਬਲੀ ਤਾਂ ਜਿਹੜੀ ਹੈ ਜੀ ਉਹ ਪਾਰਟੀ ਦੇ ਅੰਦਰ ਹੈਗੀ ਆ, ਇਉਂ ਜੇ ਚਿਹਰਿਆਂ ਦੀ ਰਾਜਨੀਤੀ ਕਰਨੀ ਆ, ਜੇ ਲੀਡਰਾਂ ਦੀ ਰਾਜਨੀਤੀ ਜਿਹੜੀ ਹੈ ਜੀ ਉਹ ਕਰਨੀ ਆ, ਫਿਰ ਦੋ ਪਾਰਟੀਆਂ ਪੁਰਾਣੀਆਂ ਜਿਹੜੀਆਂ ਹੈਗੀਆਂ ਨੇ, ਉੱਤਰ ਕਾਟੋ ਮੈਚੜਾਂ ਦੀ ਉਹ ਚੱਲ ਰਹੀ ਆ, ਫਿਰ ਉਹ ਬੈਟਰ ਆ ਜੀ, ਇੰਨਾ ਫਿਰ ਖਲਜਗਣ ਕਰਨ ਦੀ ਜਿਹੜਾ ਉਹ ਕੀ ਲੋੜ ਆ? ਜੇ ਨਵਿਆਂ ਨੂੰ ਜਿਹੜਾ ਜੀ ਉਹ ਮੌਕਾ ਅਜੇ ਵੀ ਨਹੀਂ ਮਿਲਣਾ, ਤੇ ਫਿਰ ਉਹਨਾਂ ਨੂੰ ਮੌਕਾ ਇਹ ਕਦੋਂ ਮਿਲੂਗਾ? ਇਹ ਤਾਂ ਜਿਹੜੇ ਵਰਕਰ ਨੇ ਇਹ ਉਹਨਾਂ ਦੀ ਵਾਰੀ ਆ ਜੀ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ। ਹਾਂ ਵੱਖਰੀ ਗੱਲ ਆ, ਦੂਜੀਆਂ ਪਾਰਟੀਆਂ ਵਾਲਿਆਂ ਨੇ ਵਰਕਰਾਂ ਨੂੰ ਇਹੋ ਜਿਹਾ ਖੁੱਡੇ ਲਾਉਣ ਦੀ ਰਣਨੀਤੀ ਰਾਜਨੀਤੀ ਜਿਹੜੀ ਪਿਛਲੇ 3-4 ਦਹਾਕਿਆਂ ਤੋਂ ਕੀਤੀ ਆ, ਉਹਦੇ ਵਿੱਚ ਕੋਈ ਵੀ ਜਿਹੜਾ ਨਵਾਂ ਲੀਡਰਸ਼ਿਪ ਹੈ ਨਾ ਉਹ ਉੱਭਰ ਨਹੀਂ ਸਕੀ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਪੰਜਾਬ ਦੀ ਸਮੱਸਿਆ ਜਿਹੜੀ ਆ ਉਹਦੇ ਵਿੱਚੋਂ ਇੱਕ ਵੱਡੀ ਸਮੱਸਿਆ ਇਹ ਆ ਕਿ ਨਵੀਂ ਲੀਡਰਸ਼ਿਪ ਦਾ ਜਿਹੜਾ ਉਭਾਰ ਨਹੀਂ ਹੋ ਸਕਿਆ। ਉਹਦੇ ਵਾਸਤੇ ਇਹ ਵੱਖ ਵੱਖ ਰਵਾਇਤੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਜ਼ਿੰਮੇਵਾਰ ਨੇ ਕਿ ਅਸੀਂ ਚਾਂਸ ਨਹੀਂ ਦਿੱਤਾ ਕਿਸੇ ਨੂੰ। ਇਸ ਕਰਕੇ ਉਹੀ ਚਿਹਰੇ ਜਿਹੜੇ ਆ ਜੀ, ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਵੀ ਉਹੀ ਚਿਹਰੇ ਸੀਗੇ, ਅੱਜ ਵੀ ਜਿਹੜੇ ਉਹੀ ਚਿਹਰੇ ਨੇ। ਮੈਂ ਤਾਂ ਇੱਕ ਦਿਨ ਸਟਾਇਰ ਦੇ ਰੂਪ 'ਚ ਕਿਹਾ ਸੀਗਾ ਜੀ ਵੀ ਸਾਨੂੰ ਤਾਂ ਹੁਣ ਇਹ ਵੀ ਭੁੱਲ ਗਿਆ ਕਿ ਅਸੀਂ ਕਦੀ ਛੋਟੇ ਹੁੰਦੇ ਸੀਗੇ, ਕਿਉਂਕਿ ਉਹੀ ਸੁਣੇ ਜਾਂਦੇ ਸੀ, ਅੱਜ ਵੀ ਉਹੀ ਸੁਣੇ ਜਾਂਦੇ ਆ, ਜੇ ਕੱਲ੍ਹ ਨੂੰ ਵੀ ਉਹੀ ਸੁਣਨੇ ਨੇ ਤਾਂ ਫਿਰ ਫਰਕ ਜਿਹੜਾ ਜੀ ਉਹ ਕੀ ਪਿਆ? ਇੱਕ ਗੱਲ ਪੱਕੀ ਹੈ ਜੀ, ਜੇ ਤਬਦੀਲੀ ਚੇਂਜ ਨਵੇਂ ਲੋਕਾਂ ਨੂੰ ਚਾਂਸ ਆਇਆ, ਅਤੇ ਮਾਫ਼ ਕਰਨਾ ਇਹ ਮੁੜ ਕੇ ਆਉਣ ਦੇ ਚਾਂਸਸ ਬਹੁਤ ਘੱਟ ਜਾਣਗੇ ਜੀ। ਜੀ ਅਤੇ ਅੱਗੇ ਸਾਡੇ ਨਾਲ ਜੁੜੇ ਨੇ ਕਮਲਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਸੀਗਾ ਕਿ ਅਸੀਂ ਅਰਕੀ ਤਲਵੰਡੀ ਸਾਬੋਂ ਗਏ ਸੀ ਤੁਹਾਨੂੰ ਨਕੋਦਰ ਤੋਂ, ਅਤੇ ਉੱਥੇ 71 ਵਿੱਚ ਕੰਮ ਕਰਦੇ ਹੁੰਦੇ ਸੀ ਜਦੋਂ ਪਾਵਰ ਸ਼ੁਰੂ ਹੋਇਆ ਬਠਿੰਡੇ ਦਾ, ਅਤੇ ਉੱਥੇ ਉਸ ਨਹਿਰ ਦਾ ਅਸੀਂ ਪਾਣੀ ਪੀਂਦੇ ਹੁੰਦੇ ਸੀ ਕਿ ਖੋਖੇ ਉੱਥੇ ਰੱਖੇ ਹੁੰਦੇ ਸੀਗੇ, ਅਤੇ ਅੱਜ ਉਹ ਨਹਿਰ ਦਾ ਜਦੋਂ ਦੇਖਿਆ ਉਹ ਕਿਲ੍ਹਾ ਦੇਖਿਆ ਹੈ ਤਾਂ ਉਹ ਕਾਫੀ ਉਹਦੇ ਵਿੱਚ ਗੰਦ ਬੰਦ ਔਰ ਨਹਿਰ ਬਿਲਕੁਲ ਸੁੱਕੀ ਥੋੜ੍ਹਾ ਜਿਹਾ ਵਿੱਚ ਪਾਣੀ ਐਵੇਂ, ਅਤੇ ਕਾਫੀ ਪਲਾਸਟਿਕ ਪੇਪਰ ਸੀਗੇ ਤਾਂ ਇਹਨਾਂ ਨੇ ਉਹ ਕਾਫੀ ਉਹਦੀ ਹਾਲਤ ਖਰਾਬ ਕਰ ਦਿੱਤੀ, ਅਤੇ ਪਾਵਰ ਉਸ ਵੀ ਬੰਦ ਪਿਆ ਸੀ, ਇਹਦੇ ਬਾਰੇ ਕੁਝ ਦੱਸੋ। ਹਾਂਜੀ ਇਹ ਗੱਲ ਠੀਕ ਹੈ, ਦੇਖੋ ਨਹਿਰਾਂ ਦਾ ਕੱਸੀਆਂ ਦਾ ਪਾਣੀ ਪੀਂਦੇ ਰਹੇ ਹਾਂ, ਮੈਂ ਵੀ ਆਪਣੇ ਬਚਪਨ ਦੇ ਵਿੱਚ ਅਸੀਂ ਵੀ ਆੜਾਂ 'ਚ ਲੰਮੇ ਪੈ ਕੇ ਜਿਹੜਾ ਉਹ ਪਾਣੀ ਪੀਣਾ ਉਹ ਭੁੱਲੇ ਥੋੜ੍ਹੀ ਨੇ ਜੀ ਕਿਸੇ ਨੂੰ ਅੱਜ ਵੀ, ਪਰ ਹੁਣ ਪਾਣੀ ਪੀਣ ਯੋਗ ਨਹੀਂ ਰਿਹਾ। ਇਹਦੇ ਵਾਸਤੇ ਮੈਂ ਸਿਰਫ ਸਰਕਾਰਾਂ ਨੂੰ ਦੋਸ਼ ਨਹੀਂ ਦਿੰਦਾ ਜੀ, ਇਹ ਇੰਡੀਵਿਜੂਅਲ ਜਿਹੜੀਆਂ ਨੇ ਜੀ ਉਹ ਲੋਕਾਂ ਨੇ ਰਿਸਪੋਂਸੀਬਿਲਿਟੀਜ਼ ਨਹੀਂ ਲਈਆਂ ਜੀ। ਜਿਹੜਾ ਵਿਅਕਤੀ ਆ ਉਹ ਜਿਹੜਾ ਹੁਣ ਇੱਥੋਂ ਕੂੜਾ ਚੁੱਕਣ ਆਉਂਦੇ ਆ ਘਰਾਂ 'ਚੋਂ, ਉਹ 30 ਰੁਪਈਏ ਤੋਂ ਲੈ ਕੇ 50 ਰੁਪਈਏ ਤੱਕ ਮਹੀਨੇ ਦੇ ਲੈਂਦੇ ਆ ਸਿਰਫ ਤੁਹਾਡੇ ਡੋਰ ਤੋਂ ਜਿਹੜਾ ਜੀ ਉਹ ਕੂੜਾ ਲੈ ਕੇ ਜਾਂਦੇ ਆ। ਕੁਛ ਲੋਕ ਹੈਗੇ ਆ ਕਾਫੀ ਵੱਡੀ ਗਿਣਤੀ 'ਚ ਆ ਜਿਹੜੇ 30 ਰੁਪਈਏ ਤੋਂ ਲੈ ਕੇ 50 ਰੁਪਈਏ ਤੱਕ ਦੇਣ ਜੋਗੇ ਨੀਗੇ, ਉਹ ਕੀ ਕਰਦੇ ਆ ਜੀ ਚੁੱਕਿਆ ਜਾਂ ਤਾਂ ਘਰ ਦੇ ਬਾਹਰ ਮਾਰਿਆ ਚਲਾ ਕੇ ਜਾਂ ਫਿਰ ਗੱਡੀ 'ਚ ਰੱਖ ਲਿਆ, ਜਾਂਦੇ ਜਾਂਦੇ ਸੜਕ ਦੇ ਕੰਢੇ ਜਿਹੜਾ ਜੀ ਉਹ ਸੁੱਟ ਦਿੱਤਾ। ਪਲਾਸਟਿਕ ਨੇ, ਪਲਾਸਟਿਕ ਦੇ ਲਿਫਾਫਿਆਂ ਨੇ ਬੇੜਾ ਗਰਕ ਜਿਹੜਾ ਜੀ ਉਹ ਕਰਕੇ ਰੱਖ ਦਿੱਤਾ, ਨਾ ਸਿਰਫ ਸੂਬੇ ਦਾ ਬਲਕਿ ਮੁਲਕ ਦਾ। ਜੇ ਪੰਜਾਬ ਦੇ ਪਾਣੀਆਂ ਨੂੰ ਗੰਦੇ ਕਰਨ ਦੀ ਗੱਲ ਕਰਨੀ ਹੋਵੇ, ਸਰਕਾਰਾਂ ਨੇ ਕੋਈ ਡਾਊਟ ਨਹੀਂ ਹੈ ਇਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ, ਪਰ ਘੱਟ ਯੋਗਦਾਨ ਲੋਕਾਂ ਦਾ ਵੀ ਨਹੀਂ ਹੈਗਾ ਜੀ। ਉਹਨਾਂ ਨੇ ਵੀ ਤਾਂ ਇੱਦਾਂ ਦੀਆਂ ਜਿਹੜੀਆਂ ਥਾਵਾਂ ਸੀਗੀਆਂ, ਤੁਸੀਂ ਹੁਣ ਇੱਥੇ ਬੀਚ ਦੇ ਉੱਤੇ ਵਿਦੇਸ਼ਾਂ 'ਚ ਕਿਤੇ ਚਲ ਜਾਓ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ,
ਕਿੰਨਾ ਉਹਨੂੰ ਸੁਥਰਾ ਰੱਖਣ ਦੇ ਵਾਸਤੇ ਲੋਕਾਂ ਦਾ ਸਹਿਯੋਗ ਆ, ਇਹ ਦੇਖਣਾ। ਅਤੇ ਇੱਥੇ ਜਿਹੜਾ ਜੀ ਤੁਸੀਂ ਦੇਖ ਲੈਣਾ ਕਿ ਕੀ ਕੁਛ ਜਿਹੜਾ ਜੀ ਉਹ ਲੋਕ ਕਰ ਰਹੇ ਨੇ, ਫਿਰ ਗੰਦ ਪਾ ਕੇ ਕਹਿਣਗੇ ਜੀ ਕਿ ਇੱਥੇ ਸਰਕਾਰ ਨੇ ਕੁਛ ਨਹੀਂ ਕੀਤਾ। ਅਸੀਂ ਆਪਣੀ ਰਿਸਪੋਂਸੀਬਿਲਿਟੀ ਜਿਹੜੀ ਆ ਜੀ ਉਹ ਕਦੋਂ ਸਮਝਾਂਗੇ। ਇਹ ਲੋਕਾਂ ਦੀ ਰਿਸਪੋਂਸੀਬਿਲਿਟੀ ਸੀਗੀ, ਇਹ ਗੰਦ ਪਾਉਣ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਜੀ ਉਹ ਆਮ ਲੋਕਾਂ ਦਾ ਹੈ ਜੀ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੈਂ ਪੁੱਛਣਾ ਵੀ ਯਾਦਵ ਜੀ ਦਾ ਭਗਵੰਤ ਦੀ ਗ੍ਰਿਫਤਾਰੀ ਨਾਲ ਕੋਈ ਪੰਜਾਬ 'ਚ ਆਮ ਪਾਰਟੀ ਦੇ ਵੋਟਾਂ ਨੂੰ ਫਰਕ ਪਊ ਕਿ ਨਹੀਂ? ਫਿਰ ਦੂਜਾ ਉਹ ਕੁਹਾੜ ਆ ਕੇ ਮਾਰਨ ਡਿਆ ਦੱਬ ਕੇ ਪ੍ਰਗਟ, ਤੁਹਾਨੂੰ ਉਹਦਾ ਵੀ ਕੋਈ ਕਾਰਨ ਪੁੱਛਣਾ ਪਨੂ ਸਾਹਿਬ ਨੂੰ ਜੀ। ਥੈਂਕ ਯੂ ਜੀ। ਦੇਖੋ ਗ੍ਰਿਫਤਾਰੀ ਤੱਕ ਤਾਂ ਨਹੀਂ ਗੱਲ ਜਿਹੜੀ ਉਹ ਜਾਣ ਲੱਗੀ ਭਗਵੰਤ ਮਾਨ ਹੋਰਾਂ ਦੀ। ਜੇ ਇਨ ਕੇਸ ਇਸ ਲੈਵਲ ਤੱਕ ਜਾਂਦੀ ਆ ਕਿ ਜੇ ਕਮੇਟੀ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਕ੍ਰਿਮੀਨਲ ਕੇਸ ਜਿਹੜਾ ਜੀ ਉਹ ਦਰਜ ਕਰੋ ਜਾਂ ਦੇਸ਼ ਧਰੋਹੀ ਵਰਗਾ, ਫਿਰ ਗ੍ਰਿਫਤਾਰੀ ਵਾਲੇ ਪਾਸੇ ਨੂੰ ਜਿਹੜਾ ਜੀ ਉਹ ਜਾ ਸਕਦਾ ਆ। ਅਤੇ ਦੇਖੋ ਇਹ ਇਹ ਗੱਲ ਤਾਂ ਉਹਦੇ ਵਿਰੋਧੀ ਵੀ ਮੰਨਦੇ ਨੇ ਨਾ ਭਗਵੰਤ ਮਾਨ ਦੇ, ਕਿ ਸਭ ਤੋਂ ਵੱਡਾ ਕਰਾਊਡ ਪੁਲਰ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹੈ। ਜੇ ਇਹੋ ਜਿਹਾ ਕੁਛ ਫੈਸਲਾ ਜਿਹੜਾ ਜੀ ਉਹ ਹੁੰਦਾ ਤਾਂ ਫਿਰ ਇਹ ਪੰਜਾਬ ਦੇ ਵਿੱਚ ਇਹਦਾ ਕਿਹੋ ਜਿਹਾ ਰਿਐਕਸ਼ਨ ਜਿਹੜਾ ਜੀ ਆਊਗਾ, ਇਹ ਵੇਖਣ ਵਾਲੀ ਗੱਲ ਹੈ। ਅਜੀਤ ਸਿੰਘ ਕੁਹਾੜ ਹੋਰਾਂ ਨੂੰ ਕਿਉਂਕਿ ਰਿਸਪੋਂਸੀਬਿਲਿਟੀ ਹੁਣ ਜਲੰਧਰ ਛਾਉਣੀ ਦੀ ਵੀ ਦਿੱਤੀ ਗਈ ਆ ਪ੍ਰਗਟ ਸਿੰਘ ਹੋਰਾਂ ਤੋਂ ਬਾਅਦ, ਇਸ ਕਰਕੇ ਜਿਹੜਾ ਜੀ ਉਹ ਦਮਗਜੇ ਮਾਰ ਰਹੇ ਨੇ। ਵੈਸੇ ਇਸ ਵਾਰੀ ਇਹ ਕਿਹਾ ਜਾ ਰਿਹਾ ਕਿ ਕੁਹਾੜ ਸਾਹਿਬ ਤੋਂ ਤਾਂ ਆਪਣੀ ਸੀਟ ਸੁਰੱਖਿਅਤ ਨਹੀਂ ਲੱਗਦੀ, ਉਹ ਦੂਜੇ ਦੇ ਹਲਕੇ ਦੇ ਵਿੱਚ ਜਾ ਕੇ ਜਿਹੜੇ ਆ ਜੀ ਉਹ ਦਬਕੇ ਸ਼ਾਇਦ ਇਸ ਕਰਕੇ ਮਾਰ ਰਹੇ ਆ ਕਿ ਨਵੇਂ ਨਵੇਂ ਜਿਹੜਾ ਉਹਨਾਂ ਨੂੰ ਮਿਲੀ ਆ ਜੀ ਉੱਥੋਂ ਦੀ ਜ਼ਿੰਮੇਵਾਰੀ, ਫਿਰ ਕੁਛ ਬਿਆਨ ਵੀ ਤਾਂ ਅਖਬਾਰਾਂ 'ਚ ਲਵਾਉਣੇ ਸੀ। ਬਿਲਕੁਲ ਜੀ, ਆਉਣ ਵਾਲਾ ਟਾਈਮ ਦੱਸੂਗਾ ਜੀ। ਕੁਲਵਿੰਦਰ ਸਿੰਘ ਮੈਂ ਹੈ। ਆਪਣੇ ਮੋਹਰੇ ਲਿਆਉਣ ਦੇ ਲਈ ਪ੍ਰੋਜੈਕਟ ਕਰਨ ਦੇ ਲਈ ਆਪਣੇ ਉਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੱਕ ਹੋ ਸਕਦਾ ਕਿ ਜਿਹੜਾ ਨਵਾਂ ਨਵਾਂ ਕਦੇ ਉਹਨਾਂ ਦੇ ਐਮ ਐਲ ਏ ਗ੍ਰਿਫਤਾਰ ਕਰ ਲਿਆ, ਕਦੇ ਕੋਈ ਕਰ ਲਿਆ, ਉਹਨੂੰ ਲੋਕਾਂ ਦਾ ਹਮਦਰਦੀ ਪ੍ਰਾਪਤ ਕਰਨ ਦੇ ਲਈ ਇਹ ਸਾਰਾ ਕੁਛ ਸ਼ਡਯੰਤਰ ਹੋ ਸਕਦਾ, ਕਿਉਂਕਿ ਇਹਦੇ ਪਿੱਛੇ ਆਰ ਐਸ ਐਸ ਹੀ ਕੰਮ ਕਰ ਰਹੀ ਹੈ। ਉਹਦਾ ਮੇਨ ਇਸ਼ੂ ਇਹ ਆਇਆ ਕਿ ਜਿਹੜਾ ਸੰਧੂ ਆਪਣੇ ਸਿੱਧੂ ਆਇਆ, ਸਿੱਧੂ ਪ੍ਰੀ ਪਲੈਨ ਆ ਰਿਹਾ ਇਸ ਪਾਰਟੀ ਨੂੰ ਅੱਗੇ ਵਧਾਉਣ ਦੇ ਲਈ, ਕਿਹੜਾ ਲੋਕਾਂ ਦਾ ਹੱਥ ਆ ਉਹ ਤੁਸੀਂ ਵੀ ਜਾਣਦੇ ਆ, ਅਸੀਂ ਵੀ ਜਾਣਦੇ ਹਾਂ। ਅੱਜ ਉਹਨਾਂ ਨੂੰ ਕਦੇ ਸ਼ਰਾਬ ਦੇ ਉੱਤੇ ਦੋਸ਼ ਲਾ ਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਇਹ ਸਾਰਾ ਉਹਦੇ ਸਿਰ ਦੇ ਉੱਤੇ ਪੰਜਾਬ ਦੇ ਜ਼ਿਆਦਾ ਫਲਾ ਹੋਇਆ। ਕਹਿਣ ਦਾ ਮਤਲਬ ਇਹ ਆ ਵੀ ਸਿੱਧਾ ਸਾਦਾ ਵੀ ਜਿਹੜੀ ਆਰ ਐਸ ਐਸ ਆ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਆਮ ਆਦਮੀ ਦੇ ਮੋਢੇ ਤੇ ਚੱਕ ਕੇ ਉਹ ਪੰਜਾਬ ਦੀ ਬਾਂਗਡੋਰ ਫੜਾਉਣਾ ਚਾਹੁੰਦੀ ਆ। ਇਹ ਆਰ ਐਸ ਐਸ ਦਾ ਪਿਛਲਾ ਏਜੰਡਾ ਆ, ਕਿਉਂਕਿ ਲੋਕ ਬਦਲਾਓ ਚਾਹੁੰਦੇ, ਲੋਕ ਕਾਂਗਰਸ ਨੂੰ ਵੀ ਦੇਖ ਚੁੱਕੇ ਆ, ਲੋਕ ਅਕਾਲੀ ਦਲ ਨੂੰ ਵੀ ਦੇਖ ਚੁੱਕੇ ਆ, ਇਸ ਕਰਕੇ ਛਲ ਕੰਮ ਆਮ ਆਦਮੀ ਪਾਰਟੀ ਦਾ ਸਵਾਲ ਜ਼ਰੂਰ ਪੁੱਛੋ ਛੋਟਾ ਜਿਹਾ ਜੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਜੀ ਫੈਲਾਈਆਂ ਜਾ ਰਹੀਆਂ ਨੇ, ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਇੱਕ ਗੱਲ ਪਿੱਛੇ ਦੇ ਕਹਿੰਦਾ ਸੀ ਕਿ ਜਿਹੜੇ ਆਵਾਂਗੇ ਅਜੇ ਅਸੀਂ ਥੋੜ੍ਹਾ ਜਿਹਾ ਨੁਕਸਾਨ ਨਾ ਕੋਈ ਹੋ ਜੇ, ਅਤੇ ਦੂਜੇ ਨੇ ਜਵਾਬ ਇਹ ਦਿੱਤਾ ਵੀ ਇਦੋਂ ਵੱਧ ਅਜੇ ਨੁਕਸਾਨ ਹੋਣਾ। ਪੰਜਾਬ ਤਾਂ ਮੈਕਸੀਕੋ ਜਿਹੜਾ ਜੀ ਉਹ ਬਣਾਤਾ, ਪੰਜਾਬ ਸੀਰੀਆ ਬਣਾਉਣਾ, ਅਤੇ ਫਿਰ ਹਾਂ ਗੱਲਾਂ ਜਿਹੜੀਆਂ ਜੀ ਮੈਂ ਵੀ ਉਹਦੇ ਉੱਤੇ ਜਿਹੜਾ ਉਹ ਯਕੀਨ ਕਰ ਲੈਂਦਾ, ਜਿਹਨੂੰ ਤੁਸੀਂ ਦੇਖਿਆ ਨਹੀਂ ਪਰਖਿਆ ਨਹੀਂ, ਉਹਨਾਂ ਦੇ ਹੱਥ ਅਜੇ ਪਾਵਰ ਨਹੀਂ ਜਿਹੜੀ ਉਹ ਆਈ ਪਹਿਲਾਂ ਹੀ ਜਿਹੜਾ ਜੀ ਆਰ ਐਸ ਐਸ ਦਾ ਇਹ ਇਹ ਇਹਨੂੰ ਦੂਜਾ ਪੱਖ ਵੀ ਤਾਂ ਲਾ ਲਓ, ਇਹ ਜਿਹੜਾ ਜੀ ਇਹਨੂੰ ਦੂਰ ਕਰਨ ਦੇ ਵਾਸਤੇ ਸਿੱਖ ਵੋਟ ਬੈਂਕ ਜਿਹੜਾ ਜੀ ਉਹਨੂੰ ਤੋੜਨ ਦੇ ਵਾਸਤੇ ਜਿਹਨਾਂ ਲੋਕਾਂ ਦੇ ਕੋਲੇ ਪਾਵਰ ਆ, ਜਿਹਨਾਂ ਕੋਲੇ ਪੈਸਾ ਆ, ਉਹਨਾਂ ਦੇ ਵੱਲੋਂ ਵੀ ਤਾਂ ਫੈਲਾਈਆਂ ਹੋਈਆਂ ਗੱਲਾਂ ਇਹ ਜਿਹੜੀਆਂ ਹੋ ਸਕਦੀਆਂ ਨੇ, ਤੁਸੀਂ ਇਸ ਪਾਸੇ ਵੱਲੋਂ ਜਿਹੜਾ ਜੀ ਉਹ ਕਿਉਂ ਨਹੀਂ ਸੋਚਦੇ? ਦੇਖੋ ਜਦੋਂ ਸਾਰੇ ਡਾਕਟਰ ਫੇਲ ਹੋ ਜਾਣ, ਹੋਸਪਿਟਲ ਜਿਹੜੇ ਆ ਜੀ ਉਹ ਫੇਲ ਹੋ ਜਾਣ, ਅਤੇ ਉਦੋਂ ਜੇ ਕੋਈ ਦੱਸ ਪਾਵੇ ਕਿ ਬੰਦਾ ਜਾ ਤਾਂ ਰਿਹਾ, ਬੰਦਾ ਖਤਮ ਤਾਂ ਹੋ ਰਿਹਾ, ਇਹਨੂੰ ਫਲਾਨੇ ਬਾਬੇ ਤੋਂ ਢੌਲਾ ਜਿਹੜਾ ਉਹ ਕਰਾ ਕੇ ਦੇਖ ਲਓ, ਇਹ ਢੌਲੇ ਵਾਲਾ ਵੀ ਇੱਕ ਵਾਰੀ ਦੇਖ ਲਓ, ਨਹੀਂ ਤਾਂ ਤਬਾਹ ਤਾਂ ਹੋ ਹੀ ਗਏ। ਮੈਕਸੀਕੋ ਤਾਂ ਬਣ ਹੀ ਗਿਆ, ਸੀਰੀਆ ਬਣਨ ਵੱਲ ਨੂੰ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ, ਜੇ ਢੌਲੇ ਤੋਂ ਆਰਾਮ ਆਉਂਦਾ, ਜੇ ਆਰ ਐਸ ਐਸ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਦੇਵੇ ਜਾਂ ਸਹੀ ਹੱਥਾਂ ਦੇ ਵਿੱਚ ਲੀਡਰਸ਼ਿਪ ਦੇ ਦੇਵੇ,
ਤਾਂ ਮਾਫ ਕਰਨਾ ਮੇਰੀ ਗੱਲ ਦਾ ਉਲਟ ਮਤਲਬ ਨਾ ਲੈਣਾ, ਆਰ ਐਸ ਐਸ ਦਾ ਤਾਂ ਮੈਂ ਪ੍ਰਮੋਟਰ ਬਣਨ ਨੂੰ ਤਿਆਰ ਹਾਂ ਜੀ। ਫਿਰ ਜੇ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚੋਂ ਕੱਢਣ ਦੇ ਵਾਸਤੇ ਤਿਆਰ ਨੇ, ਪੰਜਾਬ ਦੇ ਵਿੱਚ ਘਰ ਘਰ 'ਚ ਵੜ ਗਏ ਚਿੱਟੇ ਨੂੰ ਉਹ ਸਫਾਇਆ ਕਰਨ ਦੇ ਵਾਸਤੇ ਤਿਆਰ ਨੇ, ਭਾਈ ਸਾਹਿਬ ਤੁਸੀਂ ਸੋਚਣਾ ਕਿ ਪੰਜਾਬ ਦੇ ਵਿੱਚ ਰਹਿ ਕੀ ਗਿਆ, ਕੀ ਆ ਅੱਜ ਤੁਹਾਡੇ ਕੋਲ? ਪੰਜਾਬ ਦੀ ਜਵਾਨੀ ਜਿਹੜੀ ਆ ਜੀ ਉਹ ਖਤਮ ਹੋ ਗਈ। ਪੰਜਾਬ ਬਿਮਾਰਾਂ ਦਾ ਸੂਬਾ, ਅਸੀਂ ਪਿੰਡੋ ਪਿੰਡ ਜਾਂਦੇ ਹਾਂ ਹਰ ਹਫ਼ਤੇ, ਤੁਸੀਂ ਆ ਕੇ ਤੁਰੋ ਤਾਂ ਸਹੀ, ਤੁਹਾਨੂੰ ਅਸਲ ਪੰਜਾਬ ਦੀ ਜਿਹੜੀ ਆ ਜੀ ਤਸਵੀਰ ਦਿਖਾਵਾਂ, ਫਿਰ ਮੈਨੂੰ ਦੱਸਣਾ ਉਹਦੇ ਵਿੱਚੋਂ ਕਿਤੇ ਪੰਜਾਬੀਅਤ ਝਲਕਦੀ ਹੈ, ਉਹਦੇ ਵਿੱਚੋਂ ਕਿਤੇ ਜੁਝਾਰੂਪਣ ਜਿਹੜਾ ਜੀ ਉਹ ਝਲਕਦਾ। ਤੁਹਾਡਾ ਜਿਹੜਾ ਘਸਿਆਰੇ ਬਣਾ ਦਿੱਤਾ ਗਿਆ ਹਰ ਪੱਖੋਂ, ਕੋਈ ਤੁਹਾਨੂੰ ਆਟਾ ਦਾਲ ਫਰੀ ਦੇਈ ਜਾਂਦਾ, ਕੋਈ ਤੁਹਾਨੂੰ ਬਿਜਲੀ ਫਰੀ ਦੇਈ ਜਾਂਦਾ, ਕਾਂਗਰਸ ਵਾਲੇ ਕਹਿੰਦੇ ਆ ਹੁਣ ਅਸੀਂ ਚਾਹ ਪੱਤੀ ਵੀ ਦੇਵਾਂਗੇ, ਜਿਹੜਾ ਇਹਨਾਂ ਦਾ ਰਾਜਾ ਵੜਿੰਗਾ ਉਹ ਕਹਿੰਦਾ ਜੀ ਜਦੋਂ ਗਰੀਬਾਂ ਦੇ ਕੁੜੀ ਦਾ ਵਿਆਹ ਹੋਊਗਾ ਅਸੀਂ ਕਾਰ ਵੀ ਜਿਹੜੀ ਆ ਜੀ ਉਹ ਭੇਜ ਦਿਆ ਕਰਾਂਗੇ। ਨੌਕਰੀ ਨਾ ਦਿਓ ਕਿਸੇ ਨੂੰ, ਤਬਾਹੀ ਦੇ ਕੰਢੇ ਦੇ ਉੱਤੇ ਨਹੀਂ ਲੈਣ ਦਾ, ਤਬਾਹ ਕਰ ਦਿੱਤਾ ਗਿਆ ਜੀ। ਅਜੇ ਵੀ ਅਸੀਂ ਜਿਹੜਾ ਜੀ ਉਹ ਇਹ ਸੋਚ ਰਹੇ ਹਾਂ ਕਿ ਫਲਾਨੀ ਜਿਹੜੀ ਪਾਰਟੀ ਆ ਧਮਕਾਨੀ ਪਾਰਟੀ ਆ ਉਹ ਆਰ ਐਸ ਐਸ ਦੇ ਵੱਲੋਂ ਤਾਂ ਨਹੀਂ ਪ੍ਰੋਜੈਕਟ ਜਿਹੜੀ ਉਹ ਕੀਤੀ ਗਈ, ਜੇ ਪ੍ਰੋਜੈਕਟ ਕੀਤੀ ਗਈ ਆ ਮਾਫ ਕਰਨਾ 5 ਕੁ ਸਾਲ ਹੋਰ ਲੱਗ ਜਾਣਗੇ ਤਬਾਹ ਹੋਣ ਨੂੰ, ਉਹ ਵੀ ਦੇਖ ਲਾਂਗੇ। ਇੱਕ ਵਾਰੀ ਕਮ ਸੇ ਕਮ ਬਦਲਾਓ ਵੱਲ ਨੂੰ ਤਾਂ ਤੁਰੋ ਜੀ। ਇਹ ਤਾਂ ਇਹ ਗੱਲ ਹੋਈ ਜੀ, ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਹਜੇ ਉਹਨੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ, ਪਰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਆਪਣੇ ਆਪ ਨੂੰ ਸਿਆਸਤਦਾਨ ਕਹਿਣ ਵਾਲੇ ਇਨਡਾਇਰੈਕਟਲੀ ਸੱਤਾਧਾਰੀ ਪਾਰਟੀ ਦੀ ਮਦਦ ਕਰ ਰਹੇ ਆ, ਇਹੀ ਕਰ ਕਰਕੇ ਕਿ ਇੱਥੇ ਉਹ ਜੀ ਆਰ ਐਸ ਐਸ ਆ ਗਈ, ਇੱਥੇ ਸਿੱਧੂ ਆ ਗਿਆ, ਹਜੇ ਤਾਂ ਪਾਰਟੀ ਨੇ ਕੀ ਕਰਨਾ ਇਹ ਵੀ ਨਹੀਂ ਕੁਛ ਵੀ ਪਤਾ, ਅਸੀਂ ਰੋਜ਼ ਹੀ ਇਹ ਗੱਲਾਂ ਸੁਣਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਜੈਦੀਪ ਸਿੰਘ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ, ਮੈਂ ਮਾਝੇ ਤੋਂ ਬਿਲੋਂਗ ਕਰਦਾ, ਮੈਂ ਰੀਸੈਂਟਲੀ ਇੰਡੀਆ ਗਿਆ ਸੀਗਾ। ਸੁੱਚਾ ਸਿੰਘ ਛੋਟੇਪੁਰ ਜੀ ਕਨਵੀਨਰ ਨੇ, ਪ੍ਰਧਾਨ ਨੇ ਆਪਣਾ ਆਮ ਆਦਮੀ ਪਾਰਟੀ ਦੇ, ਤੇ ਔਰ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਹਨ, ਤੇ ਕੀ ਕਾਰਨ ਆ ਕਿ ਮਾਝੇ 'ਚ ਜਿਹੜੀ ਆ ਉਹ ਪਾਰਟੀ ਇੰਨੀ ਸਟਰੋਂਗ ਨਹੀਂ ਹੈਗੀ, ਮਾਲਵੇ ਦੁਆਬੇ ਜਿੰਨੀ, ਉਹਦੇ ਵਿੱਚ ਮਜੈਲਾਂ ਦਾ ਕਸੂਰ ਆ ਕਿ ਜਾਂ ਇਹਨਾਂ ਆਗੂਆਂ ਦਾ ਕਸੂਰ ਆ ਜੀ? ਧੰਨਵਾਦ ਜੀ। ਥੈਂਕ ਯੂ ਜੀ। ਤੁਸੀਂ ਮੈਨੂੰ ਇਹ ਨਹੀਂ ਪਤਾ ਜੀ ਕਿ ਕਿਸ ਸਰਵੇ ਦੀ ਤੁਸੀਂ ਗੱਲ ਕਰ ਰਹੇ ਹੋ ਜਿਹਦੇ ਵਿੱਚ ਕਮਜ਼ੋਰ ਜਿਹੜਾ ਉਹ ਦੱਸਿਆ ਗਿਆ। ਜੇ ਅੱਜ ਵੋਟਾਂ ਪੈਂਦੀਆਂ ਨੇ ਅੱਜ ਜਿਹੜੀਆਂ ਜੀ, ਤੁਸੀਂ ਮੇਰੀ ਗੱਲ ਰਿਕਾਰਡ ਕਰਕੇ ਰੱਖ ਲੈਣਾ, ਸਵੀਪ ਹੋ ਜੂਗਾ ਜੀ ਮਾਝਾ, ਬਿਲਕੁਲ ਐਨ ਸਫਾਇਆ ਹੋ ਜੂਗਾ ਇੱਕ ਕਿਸਮ ਦੇ ਨਾਲ, ਜੇ ਅੱਜ ਦੀ ਗੱਲ ਜਿਹੜੀ ਆ ਉਹ ਕਰੀਏ। ਇਹ ਕੋਈ ਸੁੱਚਾ ਸਿੰਘ ਛੋਟੇਪੁਰ ਹੋਰਾਂ ਕਰਕੇ ਨਹੀਂ ਜੀ, ਇਹਦਾ ਰੀਜ਼ਨ ਇਹ ਹੈ ਕਿ ਉੱਜੜਨ ਵਾਲਿਆਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਅਸੀਂ ਹਾਂ ਜੀ, ਮੈਂ ਵੀ ਉਸ ਧਰਤੀ ਨੂੰ ਬਿਲੋਂਗ ਕਰਦਾ, ਤਾਂ ਇਸ ਕਰਕੇ ਹਮੇਸ਼ਾ ਉਜਾੜਾ ਸਾਡਾ ਹੀ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਹੋਇਆ। ਅੱਜ ਹਵੇਲੀਆਂ ਦੇ ਹਵੇਲੀਆਂ, ਜੇ ਤੁਸੀਂ ਹੁਣੇ ਰੀਸੈਂਟਲੀ ਹੋ ਕੇ ਗਏ ਹੋ ਤਾਂ ਪਿੰਡਾਂ ਦੇ ਵਿੱਚ ਨਿਗਾਹ ਮਾਰ ਕੇ ਗਏ ਹੋਵੋਗੇ, ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਜੀ, ਉੱਥੇ ਕੀ ਬਚਿਆ ਕੀ ਹੈ ਜੀ, ਜਿਹੜਾ ਲੋਕਾਂ ਨੇ ਅਜੇ ਵੀ ਜਿਹੜਾ ਕਿਸੇ ਪੁੱਠੇ ਪਾਸੇ ਵੱਲ ਨੂੰ ਤੁਰਨਾ, ਬਚਿਆ ਹੀ ਕੱਖ ਨਹੀਂ ਗਾ ਜੀ, ਛੱਡਿਆ ਹੀ ਕੱਖ ਨਹੀਂ, ਜੇ ਮਾਝੇ ਦੀ ਬੋਲੀ ਦੇ ਵਿੱਚ ਕਹੀਏ ਤਾਂ ਜੀ। ਜੀ ਸਾਡੇ ਨਾਲ ਜੁੜੇ ਨੇ ਪ੍ਰਗਟ ਸਿੰਘ ਪਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਬਹੁਤ ਵਧੀਆ। ਤੁਸੀਂ ਜਿਹੜੇ ਅੱਜ ਸਿੱਧੂ ਸਾਹਿਬ ਦੇ ਅੱਜ ਬਾਣੀ ਸੁਣਾਈ, ਉਹਦਾ ਤਾਂ ਕੋਈ ਬੋਲੀ ਨਹੀਂ ਜੀ, ਸਾਰਾ ਨਿਚੋੜੀ ਕੱਢ ਕੇ ਰਾਤਾ ਤੁਸੀਂ ਜੀ। ਥੈਂਕ ਯੂ ਜੀ। ਤੇ ਦੂਜੀ ਗੱਲ ਮੈਂ ਇਹ ਤੁਹਾਨੂੰ ਸਵਾਲ ਮੇਰਾ ਕਿ ਇਹਨਾਂ ਆਪਣੇ 2 MP ਸਸਪੈਂਡ ਕਰਕੇ ਲੰਮਾ ਸਮਾਂ, ਤੇ ਪਾਰਟੀ ਦਾ ਲੱਕ ਨਹੀਂ ਤੋੜ ਛੱਡਿਆ ਜੀ ਇਹਨਾਂ? ਤੁਸੀਂ ਡਾਕਟਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਗੱਲ ਕਰ ਰਹੇ ਹੋ? ਹਾਂਜੀ, 2 MP ਆਪ ਵਾਲਿਆਂ ਦੇ। ਥੈਂਕ ਯੂ ਜੀ। ਦੇਖੋ ਡਾਕਟਰ ਗਾਂਧੀ ਹੋਰਾਂ ਦੇ ਬਾਰੇ ਦੇ ਵਿੱਚ ਤਾਂ ਇਹ ਕਿਹਾ ਜਾ ਸਕਦਾ ਜੀ ਉਹ ਵਧੀਆ ਵਿਅਕਤੀ ਨੇ, ਕਿਸੇ ਨਾ ਕਿਸੇ ਮਾਮਲੇ 'ਤੇ ਹੋ ਜਾਣਾ ਚਾਹੀਦਾ ਸੀਗਾ, ਪਰ ਜਿੱਥੋਂ ਤੱਕ ਹਰਿੰਦਰ ਸਿੰਘ ਖਾਲਸਾ ਹੋਰਾਂ ਵਾਲੀ ਗੱਲ ਆ ਜੀ, ਉਹ ਮੈਂਬਰ ਪਾਰਲੀਮੈਂਟ ਬਾਈ ਮਿਸਟੇਕ ਨੇ ਜੀ, ਤੋ ਇਸ ਕਰਕੇ ਉਹ ਤਾਂ ਕਿਤੇ ਵੜੇ ਹੀ ਨਹੀਂ ਗਏ। ਜੇ ਉਹੋ ਜਿਹੇ ਲੋਕਾਂ ਦੀ ਪਾਰਟੀ ਜਿਹੜੀ ਆ ਉਹ ਬਣਾਉਣੀ ਆ, ਫਿਰ ਤਾਂ ਜਿਹੜਾ ਜੀ ਉਹ ਸਰ ਗਿਆ। ਹੁਣ ਜੋ ਕੁਛ ਉਹ ਕਹਿ ਕਹਾ ਕੇ ਹਟੇ ਨੇ ਉਹ ਸਾਰਿਆਂ ਦੇ ਸਾਹਮਣੇ ਆ ਜੀ, ਹੁਣ ਤਾਂ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੀ ਸਸਪੈਂਸ਼ਨ ਜਿਹੜੀ ਆ ਉਹ ਜਾਇਜ਼ ਰਹੀ ਆ ਜੀ। ਹਾਂ ਜੀ ਬਿਲਕੁਲ। ਆਪਾਂ ਨੂੰ ਸਰ ਮੈਂ ਇੱਕ ਗੱਲ ਹੋਰ ਐਡ ਕਰਦਾ ਕਿ ਉਹਨਾਂ ਨੂੰ ਭਗਵੰਤ ਮਾਨ ਤੋਂ ਤਾਂ ਮੁਸ਼ਕ ਆ ਗਿਆ ਸ਼ਰਾਬ ਦਾ, ਪਰ ਜਿਆਣੀ ਸਾਹਿਬ ਕਹਿੰਦੇ ਆ ਪੰਜਾਬ ਦੇ ਵਿੱਚ ਕਿ ਇਹ ਸ਼ਰਾਬ ਕੋਈ ਨਸ਼ਾ ਨਹੀਂ, ਪਰ ਉਦੋਂ ਕਦੀ ਵੀ ਕੋਈ ਬਿਆਨ ਨਹੀਂ ਆਇਆ ਕਿ ਸ਼ਰਾਬ ਇੱਕ ਨਸ਼ਾ ਆ। ਨਹੀਂ ਆਉਂਦਾ ਜੀ, ਜੀ ਕਦੀ ਪੈਂਦੀ ਆਊਗਾ ਨਹੀਂ ਉਹਨਾਂ ਦਾ ਬਿਆਨ। ਜਿੱਦਣ ਖਾਲਸਾ ਜੀ ਜਿੱਤੇ ਨੇ, ਉਹਨਾਂ ਦੇ ਘਰ ਦੇ ਵਿੱਚ ਕਿੰਨੀਆਂ ਪੇਟੀਆਂ ਸ਼ਰਾਬ ਦੀਆਂ ਆਈਆਂ, ਲੋਕਾਂ ਕੋਲ ਅੱਜ ਵੀ ਫੋਟੋਆਂ ਜਿਹੜੀਆਂ ਤੁਰੀਆਂ ਫਿਰਦੀਆਂ ਨੇ, ਉਹਨਾਂ ਨੇ ਸ਼ਰਾਬ ਜਿਹੜੀ ਵਰਤਾਈ ਆ। ਇੱਕ ਗੱਲ ਉਹ ਖਾਲਸਾ ਜੀ ਨਾਲ ਲਾਉਂਦੇ ਨੇ, ਕੋਈ ਪੁੱਛੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਜਿਹੜੀ ਆ ਜੀ ਉਹ ਚੁੱਕ ਕੇ ਇਹ ਕਹਿ ਦੇਣ
ਕਿ ਉਹ ਸ਼ਰਾਬ ਨਹੀਂ ਪੀਂਦੇ। ਲਓ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੀ ਕਿ ਉਦੋਂ ਮੈਂ ਇਹ ਲਾਈਨ ਛੱਡ ਦੂੰਗਾ ਪੱਤਰਕਾਰੀ ਜੀ। ਸੁਰਿੰਦਰ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਉਹ ਸੇਮ ਗੱਲ ਮੈਂ ਜੀ ਉਹ ਆਪਣੇ ਉਹਨੇ ਖਾਲਸਾ ਜੀ ਉਹਨਾਂ ਨੂੰ ਕਹਿਣਾ ਹੀ ਚਾਹੀਦਾ ਜੀ ਜੀ, ਕਿਉਂਕਿ 2014 ਦੀ ਮੈਂ ਨਿਊਜ਼ ਅੱਜ ਮੈਂ ਦੇਖਦਾ ਜੀ ਫੇਸਬੁੱਕ 'ਤੇ, ਉਹ ਜਿੱਦਣ ਉਹ ਜਿੱਤੇ ਜੀ ਡੇਟ ਦਾ ਮੈਨੂੰ ਚੇਤਾ ਨਹੀਂ ਗਾ, ਪਰ ਉਹਨਾਂ ਦੇ ਘਰ ਦੇ ਵਿੱਚ ਸ਼ਰਾਬ ਦਾ ਦੌਰ ਚੱਲ ਰਿਹਾ ਸੀ, ਫਿਰ ਆਪਾਂ ਉਹਨਾਂ ਨੂੰ ਖਾਲਸਾ ਜੀ ਨਹੀਂ ਕਹਿ ਸਕਦੇ। ਪਾਰਲੀਮੈਂਟ ਚ ਜਿੱਦਾਂ ਅਟੈਕ ਹੋਇਆ ਸੀ, ਚਲੋ ਉਹ ਠੀਕ ਹੈ, ਹੁਣ ਰੋਂਗ ਥੋੜਾ ਬਹੁਤ ਕਰਤਾ, ਉਹ ਜਾਣ ਬੁੱਝ ਕੇ ਨੀ ਕੀਤਾ, ਹੁਣ ਜਿੱਦਣ ਪਾਰਲੀਮੈਂਟ ਦੇ ਅਟੈਕ ਹੋਇਆ ਉਦੋਂ ਪਹਿਲਾਂ ਕਿਹਨੂੰ ਇਨਫੋਰਮੇਸ਼ਨ ਦਿੱਤੀ, ਉਹ ਕਿੱਥੋਂ ਦੀ ਆਏ ਸੀ ਉਹ? ਬਿਲਕੁਲ, ਥੈਂਕ ਯੂ ਜੀ ਜੀ। ਕਾਈਂਡਲੀ ਰੇਡੀਓ ਬੰਦ ਕਰ ਲਿਆ ਕਰੋ ਜੀ, ਪਿੱਛੇ ਉਹਦੇ 'ਚ ਡਿਸਟਰਬੈਂਸ ਜਿਹੜੀ ਆ, ਅੱਗੇ ਜਿਹੜੇ ਹੋਸਟ ਕਰ ਰਹੇ ਜਾਂ ਮੈਨੂੰ ਜਿਹੜੀ ਉਹ ਬਹੁਤ ਹੋਈ, ਜਿਹੜੀ ਡਬਲਿੰਗ ਹੋ ਰਹੀ ਹੈ ਕਿਉਂਕਿ ਡਿਲੇ ਸਿਸਟਮ ਹੁੰਦਾ ਜੀ। ਬਿਲਕੁਲ ਜਿਹੜਾ ਜੀ ਉਹਨਾਂ ਦੇ ਬਾਰੇ ਤਾਂ ਬੜਾ ਕੁਛ ਚੱਲੀ ਜਾਂਦਾ, ਕਈ ਕੁਛ ਪੀਂਦੇ ਨੇ, ਨਾ ਹੀ ਬੁਲਵਾਓ ਜੀ ਏਅਰ 'ਤੇ ਜੀ ਜੀ। ਬਿਲਕੁਲ ਮਨਜੀਤ ਕੌਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਭ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿਹੜਾ ਇਹਨਾਂ ਨੇ ਬੰਦਾ ਫੜਿਆ ਸੀ ਭਈ ਉਹ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ 'ਚ, ਇਹਨਾਂ ਦਾ ਦੂਜੀਆਂ ਪਾਰਟੀਆਂ ਦਾ ਖਰੀਦਿਆ ਹੋਇਆ ਬੰਦਾ ਨਹੀਂ ਜਿਹੜਾ ਇਹਨਾਂ ਦਾ ਨਾਂ ਲਈ ਜਾਂਦਾ ਆਪ ਵਾਲਿਆਂ ਦਾ, ਇਹਦੀ ਕੋਈ ਜਾਣਕਾਰੀ ਨਹੀਂ ਤੁਹਾਡੇ ਕੋਲ ਜੀ? ਥੈਂਕ ਯੂ ਜੀ। ਵਿਜੇ ਕੁਮਾਰ ਹੈ, ਵਿਜੇ ਕੁਮਾਰ ਨੋਨ ਬੰਦਾ ਹੈ ਜੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ, ਤੁਸੀਂ ਪੁਰਾਣੀਆਂ ਅਖਬਾਰਾਂ ਜਿਹੜੀਆਂ ਦੀ ਉਹ ਫੋੜ ਲਓ, ਇੰਗਲਿਸ਼ ਦੇ ਵਿੱਚ ਸਰਚ ਮਾਰ ਲੈਣਾ ਗੂਗਲ 'ਤੇ, ਤੁਹਾਨੂੰ ਲੱਭ ਜਾਣੀਆਂ ਸਾਰੀਆਂ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਜਿੱਦਣ ਇਹ ਗ੍ਰਿਫਤਾਰੀਆਂ ਹੋਈਆਂ ਉਹਨਾਂ ਨੇ ਪ੍ਰੈਸ ਕਾਨਫਰੰਸ ਲਾਈ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡਾ ਬੰਦਾ ਗਲਤ ਤਰੀਕੇ ਦੇ ਨਾਲ ਪੰਜਾਬ ਪੁਲਿਸ ਜਿਹੜੀ ਆ ਜੀ ਉਹ ਫਸਾ ਰਹੀ ਆ। ਮੁੜ ਕੇ ਉਹ ਚੁੱਪ ਧਾਰ ਗਏ, ਕਿਉਂ? ਕਿਉਂਕਿ ਕਿਤੇ ਨਾ ਕਿਤੇ ਫਿਰ ਗੱਲ ਕੋਈ ਹੋਰ ਪਾਸੇ ਵੱਲ ਨੂੰ ਜਿਹੜੀ ਉਹ ਤੋਰ ਲਈ ਗਈ, ਇਸ ਕਰਕੇ ਉਹ ਅਹੁਦੇ ਦੇ ਉੱਤੇ ਵੀ ਰਿਹਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ, ਔਰ ਨੋਨ ਆ ਜੀ ਉਹ ਲੀਡਰ ਵਜੋਂ ਇੱਥੇ ਪੰਜਾਬ ਦੇ ਵਿੱਚ, ਇਸ ਕਰਕੇ ਪਤਾ ਹੀ ਹੈ ਜੀ ਕਿਹੜੀ ਸਾਜਿਸ਼ ਦੇ ਤਹਿਤ ਉਹਨੂੰ ਧਰਿਆ ਗਿਆ ਜੀ। ਰਾਜਵਿੰਦਰ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਭੈਣ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਅਤੇ ਇਹੀ ਮੇਰਾ ਸਵਾਲ ਹੋਊਗਾ ਜੀ, ਕਿਉਂਕਿ ਜੇ ਆਪਾਂ ਗੱਲ ਕਰੀਏ ਅੱਜ ਇੱਕ ਦੌੜ ਲੱਗ ਗਈ ਆ ਵੀ ਇੱਕ ਭਗਵੰਤ ਮਾਨ ਦੀ ਫੋਟੋ ਲਾਤੀ ਜਾਂਦੀ ਆ, ਦੂਸਰੀ ਨਾਲ ਫੂਲਕਾ ਸਾਹਿਬ ਦੀ ਲਾਤੀ ਜਾਂਦੀ ਆ, ਅਤੇ ਉਹਨਾਂ ਨੂੰ ਨੰਬਰਾਂ ਦੇ ਵਿੱਚ ਵੰਡ ਦਿੱਤਾ ਜਾਂਦਾ, ਅਤੇ ਫਿਰ ਫੇਸਬੁੱਕ 'ਤੇ ਪੁੱਛਿਆ ਜਾਂਦਾ ਵੀ ਅਗਲਾ ਕੌਣ ਹੋਊਗਾ ਤੁਹਾਡਾ ਸੀਐਮ ਕੌਣ ਹੋਊਗਾ ਪੰਜਾਬ ਦਾ, ਪਰ ਮੇਰੇ ਦੇਖਣ ਦੇ ਵਿੱਚ ਪੰਨੂ ਸਾਹਿਬ ਇਹ ਜ਼ਰੂਰੀ ਨਹੀਂ ਹੈਗਾ ਵੀ ਸੀਐਮ ਕੌਣ ਹੋਊਗਾ, ਕਿਉਂਕਿ ਸੀਐਮ ਕੋਈ ਵੀ ਹੋਵੇ ਤਾਂ ਜੇ ਆਪਾਂ ਜੁਆਇਨ ਕਰਨ ਦੀ ਵੀ ਗੱਲ ਕਰਦੇ ਹਾਂ ਵੀ ਜਿਹੜੇ ਪਾਰਟੀ 'ਚ ਲੋਕ ਆ ਰਹੇ ਆ ਉਹ ਪਾਰਟੀ ਦੇ ਵਿੱਚ ਜਿਹੜੇ ਲੋਕ ਆ ਵੀ ਰਹੇ ਆ ਉਹ ਵੀ ਕੋਈ ਕ੍ਰਿਮੀਨਲ ਲੋਕ ਨਹੀਂ ਹਜੇ ਤੱਕਰ ਆ ਰਹੇ। ਚਲੋ ਠੀਕ ਹੈ ਇੱਕ ਦੋ ਬੰਦੇ ਅਕਾਲੀਆਂ 'ਚ ਜਾਂ ਕਾਂਗਰਸ 'ਚੋਂ ਆਏ ਹੋਊਗੇ, ਠੀਕ ਹੈ ਮੈਨੂੰ ਉਹਨਾਂ ਦਾ ਬੈਕਗ੍ਰਾਊਂਡ ਨਹੀਂ ਵੀ ਪਤਾ, ਪਰ ਜਿਹੜਾ ਰੂਲ ਆ ਪਾਰਟੀ ਦਾ ਹੋਊਗਾ ਜਾਂ ਉਹਨਾਂ ਦਾ ਏਜੰਡਾ ਹੋਊਗਾ ਸੀਐਮ ਕੋਈ ਵੀ ਹੋਵੇ, ਮੈਨੂੰ ਲੱਗਦਾ ਵੀ ਇਹਦੇ ਵਿੱਚ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਸੀਐਮ ਕੌਣ ਆਊਗਾ, ਜਿਹੜਾ ਠੀਕ ਲੱਗੂਗਾ ਪਾਰਟੀ ਨੂੰ ਬਣਾ ਦੇਣਗੇ, ਪਰ ਏਜੰਡੇ ਤੋਂ ਬਾਹਰ ਤਾਂ ਨਹੀਂ ਜਾਊਗੇ ਹੈ ਨਾ ਜੀ, ਏਜੰਡਾ ਤਾਂ ਪਾਰਟੀ ਦਾ ਉਹ ਹੀ ਰਹੂਗਾ, ਸੀਐਮ ਜਿਹੜਾ ਮਰਜ਼ੀ ਹੋਵੇ ਏਜੰਡੇ ਦੇ ਥੱਲੇ ਕੰਮ ਕਰੂਗਾ ਜੀ। ਦੱਸਿਓ ਜੀ ਇਹਦੇ ਬਾਰੇ। ਥੈਂਕ ਯੂ ਜੀ। ਦੇਖੋ ਭੈਣ ਜੀ ਉਹਨਾਂ ਨੇ ਉਹ ਕਹਾਵਤ ਸੁਣਾਈ ਸੀ ਹੁਣੇ ਹੀ, ਕੁੜੀ ਪੇਟ ਮੁੰਡਾ ਖੇਤ ਆ ਜਵਾਈ ਆ ਮੁੰਡੇ ਖਾ, ਇਹ ਉਹ ਗੱਲ ਆ ਜਿਹਨੂੰ ਲੱਗਦਾ ਕਿ ਅੱਜ ਕੋਈ ਵੀ ਫੇਸਬੁੱਕ 'ਤੇ ਹਿੱਲ ਜੁੱਲ ਜੀ ਨਹੀਂ ਹੋਈ, ਫਿਰ ਉਹ ਕੀ ਕਰਦਾ ਉਹ ਇਹਦੇ ਵਿੱਚੋਂ ਇਹੀ ਕੱਢਦਾ ਦੱਸੋ ਜੀ ਕਿਹਨੂੰ ਵੋਟ ਪਾਓਗੇ, 1-2-3 ਜਿਹੜਾ ਜੀ ਉਹ ਪਾ ਕੇ, ਜ਼ਿਆਦਾ ਕੰਮ ਤਾਂ ਇਹੀ ਜਿਹੜਾ ਜੀ ਉਹ ਖਰਾਬ ਕਰ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਫੂਲਕਾ ਸਾਹਿਬ ਭਗਵੰਤ ਮਾਨ ਹੁਰੀ ਜਾਂ ਜਿਹੜੇ ਕੋਈ ਹੋਰ ਵੀ ਕੈਂਡੀਡੇਟ ਨੇ ਉਹਨਾਂ ਦੇ ਵਿਚਾਲੇ ਕੋਈ ਫਰਿਕਸ਼ਨ ਜਿਹੜੀ ਆ ਉਹ ਕਿਸੇ ਕਿਸਮ ਦੀ ਇੰਨੀ ਜ਼ਿਆਦਾ ਹੋਊਗੀ ਜਿੰਨੀ ਫੇਸਬੁੱਕ ਦੇ ਉੱਤੇ ਜਿਹੜੀ ਆ ਜੀ ਉਹ ਦਿਖਾਈ ਜਾ ਰਹੀ ਹੈ। ਤੋ ਇਸ ਕਰਕੇ ਗੁਰੇਜ਼ ਕਰਨਾ ਚਾਹੀਦਾ ਜੀ ਇਹਨਾਂ ਜਿਹੜੀਆਂ ਚੀਜ਼ਾਂ ਤੋਂ। ਮੈਂ ਅਕਸਰ ਇਹ ਸੁਨੇਹਾ ਦਿੰਦਾ ਹੁੰਦਾ ਕਿ ਫੇਸਬੁੱਕ ਜਿਹੜੀ ਆ ਉਹਨੂੰ ਫੇਸਬੁੱਕ ਜਿਹੜਾ ਉਹ ਰਹਿਣ ਦਿਓ ਔਰ ਇਹਨੂੰ ਫੇਕਬੁੱਕ ਕਿਤੇ ਨਾ ਬਣਾ ਦੇਣਾ ਜੀ। ਤੋ ਇਸ ਕਰਕੇ ਬਣਾਉਣ ਵੱਲ ਮੈਨੂੰ ਲੱਗਦਾ ਕਿ ਬਹੁਤੇ ਲੋਕ ਜਿਹੜੇ ਨੇ ਉਹ ਜਾ ਹੀ ਰਹੇ ਨੇ ਜੀ ਉਸ ਕਿਸਮ ਦਾ ਕਰ ਹੀ ਰਹੇ ਨੇ ਜੀ। ਕੈਨੇਡਾ ਤੋਂ ਜਗਵੀਰ ਸਿੰਘ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਜੇ ਪਾਰਲੀਮੈਂਟ 'ਚ ਵੀਡੀਓ ਬਣਾ ਰਿਹਾ ਸੀ ਭਗਵੰਤ ਮਾਨ, ਸਕਿਉਰਿਟੀ ਨਹੀਂ ਹੁੰਦੀ ਜਿਸ ਤਾਂ ਕਹਿ ਸਕਦੇ ਤੁਸੀਂ ਵੀਡੀਓ ਨਹੀਂ ਇੱਥੇ ਬਣਾ ਸਕਦੇ
ਜੀ ਜੀ ਥੈਂਕ ਯੂ ਜਗਵੀਰ ਸਿੰਘ ਜੀ। ਦੇਖੋ ਇਉਂ ਹੁੰਦਾ ਆ, ਉਹਨਾਂ ਦੇ ਉੱਤੇ ਦੋਸ਼ ਨਹੀਂ ਦੇਣਾ ਚਾਹੀਦਾ, ਉਹ ਵਿਚਾਰੇ ਉੱਥੇ ਕੰਮ ਕਰਦੇ ਨੇ ਜੀ। ਇੱਕ ਮੈਂਬਰ ਪਾਰਲੀਮੈਂਟ ਨੂੰ ਉਹ ਟੋਕਣਗੇ, ਉਹਨਾਂ ਨੂੰ ਇਹ ਵੀ ਹੋ ਸਕਦਾ ਸੀਗਾ ਜੀ, ਡਰ ਹੁੰਦਾ ਵਿਚਾਰਿਆਂ ਨੂੰ ਕਿ ਇਹ ਸਾਡੇ ਪਿੱਛੇ ਜਿਹੜਾ ਜੀ ਉਹ ਨਾ ਪੈ ਜਾਵੇ। ਇਸ ਕਰਕੇ ਦੇਖੋ ਕੁਛ ਚੀਜ਼ਾਂ ਤੋਂ ਗੁਰੇਜ਼ ਤਾਂ ਭਗਵੰਤ ਮਾਨ ਹੋਰਾਂ ਨੂੰ ਵੀ ਕਰਨਾ ਚਾਹੀਦਾ ਸੀਗਾ ਜੀ, ਜਿਸ ਜਗ੍ਹਾ 'ਤੇ ਜਾ ਕੇ ਜਿੰਨੀ ਉਹਨਾਂ ਨੇ ਦਿਖਾਤੀ ਆ, ਕਿਉਂ ਕੰਟਰੋਵਰਸੀ ਜਿਹੜੀ ਹੈ ਜੀ ਇੰਨੀ ਜਿਹੜੀ ਉਹ ਛੇੜਨੀ। ਅੱਜ ਤੁਸੀਂ ਦੇਖੋ ਕਿੰਨੇ ਮੁੱਦੇ ਉਹਨਾਂ ਨੇ ਚੁੱਕਣੇ ਸੀਗੇ। ਕੋਈ ਬੋਲਿਆ ਜੀ ਪੰਜਾਬ ਦੇ ਵਾਸਤੇ, ਸੈਸ਼ਨ ਤਾਂ ਚੱਲ ਰਿਹਾ, ਕਿਸੇ ਜਗ੍ਹਾ ਦੇ ਉੱਤੇ ਤੁਸੀਂ ਕੋਈ ਜਿਹੜੀ ਬਾਹਰ ਗੱਲ ਸੁਣੀ ਹੈ ਜੀ? ਕਸ਼ਮੀਰ ਦਾ ਮੁੱਦਾ ਜਿੱਥੇ ਕਿ ਜਿਹੜੀਆਂ ਬੰਦੂਕਾਂ ਨੇ ਨਵੀਂ ਕਿਸਮ ਦੀਆਂ, ਉਹਦੇ ਨਾਲ ਨੌਜਵਾਨ ਜਿਹੜੇ ਸਿੱਧੀਆਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ, ਦਲਿਤਾਂ ਨੂੰ ਗੱਡੀ ਮਗਰ ਬੰਨ ਕੇ ਨੰਗਿਆਂ ਕਰਕੇ ਜਿਹੜਾ ਜੀ ਕੁੱਟਿਆ ਗਿਆ ਗੁਜਰਾਤ ਦੇ ਵਿੱਚ, ਉਹ ਗੱਲਾਂ ਕਿੱਥੇ ਗਈਆਂ ਜੀ? ਸਾਰੀਆਂ ਦਬਗੀਆਂ, ਕਿਉਂਕਿ ਉਹਨਾਂ ਨੂੰ ਇੱਕ ਮੁੱਦਾ ਜਿਹੜਾ ਉਹ ਚਾਹੀਦਾ ਸੀਗਾ ਇਹਨਾਂ ਗੱਲਾਂ ਨੂੰ ਦਬਾਉਣ ਦੇ ਵਾਸਤੇ। ਅਤੇ ਮੁੱਦਾ ਜਿਹੜਾ ਨਾ, ਕਈ ਵਾਰੀ ਤੁਸੀਂ ਇਹ ਕਹਿ ਲਓ ਕਿ ਅਸੀਂ ਦੇ ਦਿੱਤਾ ਉਹਨਾਂ ਨੂੰ, ਉਹਨਾਂ ਨੇ ਲੱਭ ਨਹੀਂ ਲਿਆ, ਮੁੱਦਾ ਦੇ ਦਿੱਤਾ ਉਹਨਾਂ ਨੂੰ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਦਲਵੀਰ ਗਿੱਲ ਜੀ। ਹਾਂਜੀ ਭੈਣ ਜੀ ਤੇ ਪੰਨੂ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਨਾ ਪੰਨੂ ਵੀਰ ਜੀ ਵਧਾਈ ਦੇ ਪਾਤਰੋਂ ਦਾ, ਮਨ ਨੂੰ ਯਾਰ ਬੜੀ ਖੁਸ਼ੀ ਹੋ ਜਾਂਦੀ ਹੈ ਵੀ ਜਦੋਂ ਤੁਹਾਡੇ ਨਿਟੜਕ ਆਵਾਜ਼ ਪਹਿਲਾਂ ਦਬਾਉਣ ਦੀ ਵੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਉਹਦੇ ਬਾਵਜੂਦ ਵੀ ਇੱਕ ਸੱਚਾਈ ਸਾਡੇ ਸਰੋਤੇ ਦੇ ਸਾਹਮਣੇ ਲੈ ਕੇ ਆਉਂਦੇ ਹੋ ਤਾਂ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ। ਬਾਕੀ ਮੇਰਾ ਕੁਇਕ ਕੁਐਸਚਨ ਹੈ ਪਲੀਜ਼, ਵੀ ਜਿਹੜੇ ਮਜੀਠੀਆ ਦੇ ਡਰੱਗ ਦੇ ਅਗੇਂਸਟ ਇਹ ਜਿਹੜੇ ਹੋਲਡਿੰਗ ਬੋਰਡ ਪੰਜਾਬ ਦੇ ਵਿੱਚ ਸਾਰੇ ਲਾਏ ਜਾ ਰਹੇ ਨੇ, ਇਹ ਕਿੰਨੇ ਕੁ ਬੰਦਿਆਂ ਨੂੰ ਜਿੱਦਾਂ ਸਰਕਾਰ ਅੰਦਰ ਕਰੂਗੀ, ਜਾਂ ਇਹ ਲੋਕਾਂ ਦੇ ਵੀ ਜਿਵੇਂ ਅਕਾਲੀਆਂ ਤੋਂ ਤੰਗ ਆਏ ਹੋਏ ਨੇ ਵੀ ਉਹ ਉਹਨਾਂ ਦਾ ਦਿਖਾਵਾ ਹੈਗਾ ਇਸ ਕਿਸਮ ਦੇ ਹੋਲਡਿੰਗ ਲਾ ਕੇ, ਜਾਂ ਫਿਰ ਕੇਜਰੀਵਾਲ ਨੇ ਅੰਮ੍ਰਿਤਸਰ ਆਉਣਾ ਉਹਦੇ ਮਤਲਬ ਪਲੀਜ਼ ਥੋੜ੍ਹਾ ਜਿਹਾ ਡਿਟੇਲ ਦੇ ਨਾਲ ਦੱਸਿਓ। ਥੈਂਕ ਯੂ। ਆਈ ਥਿੰਕ ਮੈਂ ਖਬਰਾਂ ਦੇ ਵਿੱਚ ਵੀ ਕਵਰ ਕੀਤਾ ਜੀ, ਬਿਨਾਂ ਵੀ ਸਰ ਸਕਦਾ ਸੀ ਇਹਦੇ ਤੋਂ ਇਹਨਾਂ ਹੋਰਡਿੰਗਸ ਤੋਂ। ਉਹ ਇਸ ਕਰਕੇ ਜੀ ਕਿ ਪਤਾ, ਸਭ ਨੂੰ ਪਤਾ, ਬੱਚੇ ਨੂੰ ਜਿਹੜਾ ਜੀ ਪਤਾ ਹੈ ਕਿ ਕੀ ਜਿਹੜੀ ਆ ਉਹ ਕਹਾਣੀ ਆ, ਹੋਰਡਿੰਗਸ ਜਿਹੜੇ ਆ ਉਹ ਉਹਦੇ ਤੋਂ ਗਰੇਜ਼ ਜਿਹੜਾ ਜੀ ਉਹ ਕਰਨਾ ਚਾਹੀਦਾ, ਪੈਸੇ ਦੀ ਜਿਹੜੀ ਆ ਜੀ ਉਹ ਬਰਬਾਦੀ ਆ। ਦੂਜੀ ਗੱਲ ਮੈਂ ਕਹੀ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਆ ਬੇਵਜ੍ਹਾ ਟਕਰਾਓ ਸ਼ੁਰੂ ਹੋ ਜੂਗਾ ਜੀ, ਜਿਹਦੇ ਵਿੱਚੋਂ ਕੁਛ ਨਿਕਲਣਾ ਨਹੀਂ ਹੈ, ਫਿਰ ਪਰਚੇ ਜਿਹੜੇ ਨੇ ਉਹ ਦਰਜ ਹੋਣਗੇ ਔਰ ਪਰਚਾ ਜਿਹੜਾ ਜੀ ਉਹ ਚੱਲ ਸਕਣਾ। ਹਰੇਕ ਦੇ ਵੱਸ ਦੀ ਤਾਂ ਗੱਲ ਜਿਹੜੀ ਉਹ ਨਹੀਂ ਹੁੰਦੀ। ਹਾਂ ਇੰਨਾ ਜ਼ਰੂਰ ਹੈ ਜੀ, ਕੁਛ ਝੱਲ ਕੇ ਵੀ ਬੋਲੀ ਜਾਂਦੇ ਨੇ, ਕੱਲ੍ਹ ਨੂੰ ਹੋ ਸਕਦਾ ਇਹ ਨਹੀਂ ਪਤਾ ਕਿ ਕੀ ਜਿਹੜੀ ਕਹਾਣੀ ਆ ਫਿਰ ਚਲੇ ਜਾਣੀ ਆ। ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਜਿਹੜਾ ਉਹ ਅਕਾਲ ਪੁਰਖ ਹੈ ਉਹ ਮਾਰ ਨਾ ਮਾਰੇ, ਅਦਰਵਾਈਜ਼ ਜਿਹੜਾ ਜੀ ਜਿਹੜੀਆਂ ਇਹ ਮਾਰਾਂ ਨੇ ਦੁਨਿਆਵੀ ਇਹ ਨਾ ਕਦੀ ਇਹਨਾਂ ਨੇ ਡਰਾ ਸਕੀਆਂ ਨੇ ਜੀ, ਨਾ ਅੱਗੋਂ ਕਦੀ ਜਿਹੜਾ ਜੀ ਉਹ ਡਰਾ ਸਕਣਗੀਆਂ। ਆਈ ਥਿੰਕ ਇਹੀ ਕਾਰਨ ਸੀਗਾ, ਨਹੀਂ ਤਾਂ ਕਿਸੇ ਪੱਤਰਕਾਰ ਦੇ ਪਿੱਛੇ ਕਿੰਨੇ ਕੁ ਲੋਕ ਤੁਸੀਂ ਜਿਹੜੇ ਉਹ ਖੜ੍ਹਦੇ ਦੇਖੇ ਨੇ? ਤੁਸੀਂ ਜੇ ਖੜ੍ਹੇ ਹੋਏ ਹੋ ਤਾਂ ਉਹ ਬਲਤੇਜ ਪੰਨੂ ਦੇ ਪਿੱਛੇ ਤਾਂ ਨਹੀਂ ਖੜ੍ਹੇ ਹੋਏ ਜੀ, ਉਹਦੇ ਸਟੈਂਡ ਦੇ ਪਿੱਛੇ ਹੀ ਖੜ੍ਹੇ ਹੋਏ ਹੋ ਔਰ ਇੰਨੇ ਸਾਲਾਂ ਤੋਂ ਉਸੇ ਤਰੀਕੇ ਦੇ ਨਾਲ ਉੱਥੇ ਹੀ ਜਿਹੜਾ ਜੀ ਬੋਲ ਰਹੇ ਹਾਂ। ਟੋਨ ਤਾਂ ਉਹੀ ਰਹੂਗੀ ਜੀ, ਜਿੰਨੀ ਦੇਰ ਤੱਕ ਸਾਹ ਚੱਲਦਾ ਹੈ, ਕੋਈ ਕੱਲ੍ਹ ਨੂੰ ਸਾਹ ਕੱਢ ਲਵੇ ਫਿਰ ਪਰਮਾਤਮਾ ਬੇਲੀ ਜੀ। ਜੀ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਪਿਆਰਿਓ, ਬੜਾ ਸਧਾਰਨ ਜਿਹਾ ਸਵਾਲ ਆ, ਆਪ ਜੀ ਮਦਦ ਕਰੋ। ਜਿਹੜਾ ਆਮ ਗੁਰਸਿੱਖ ਆ ਉਹ ਸਿੱਖੀ ਦੀ ਚੜ੍ਹਦੀ ਕਲਾ ਲਈ ਕੀ ਕਰੇ, ਚੁੱਪ ਰਹੇ ਜਾਂ ਇਸ ਸਿਆਸਤ ਵਿੱਚ ਜਿੱਦਾਂ ਕਿਹਾ ਆ ਵੀ ਅੰਨਿਆਂ 'ਚੋਂ ਕਾਣਾ ਰਾਜਾ, ਕਿਹਦੇ ਨਾਲ ਉਹ ਆਪਣਾ ਸੰਪਰਕ ਰੱਖੇ ਜਾਂ ਕਿਹਦੇ ਮਗਰ ਤੁਰੇ? ਗੱਲ ਦਾ ਕਿਰਪਾ ਕਰਕੇ ਨਾ ਜਵਾਬ ਨਿੰਗਾ, ਆਪਣਾ ਜੋ ਵਿਚਾਰ ਆ, ਜੋ ਤੁਸੀਂ ਆਪ ਸੋਚਦੇ ਆ ਕਿ ਉਹਨੂੰ ਕੀ ਕਰਨਾ ਚਾਹੀਦਾ ਆ, ਕਿ ਉਹਨੂੰ ਚੁੱਪ ਕਰ ਜਾਣਾ ਚਾਹੀਦਾ ਆ, ਬਿਲਕੁਲ ਇਲੈਕਸ਼ਨ 'ਚ ਪਾਰਟੀਸਪੇਟ ਨਹੀਂ ਕਰਨਾ, ਜੇ ਕਰਨਾ ਆ ਤੇ ਅੰਨਿਆਂ 'ਚ ਕਾਣਾ ਰਾਜਾ ਕਿਹੜਾ ਆ ਇਹਨਾਂ 'ਚੋਂ? ਪਹਿਲੀ ਤਾਂ ਗੱਲ ਜੀ, ਜਿਹੋ ਜੀ ਤੁਸੀਂ ਸ਼ਬਦਾਵਲੀ ਵਰਤ ਰਹੇ ਹੋ, ਪਰਮਾਤਮਾ ਕਰੇ ਕਿ ਇਹੋ ਜਿਹੀ ਸ਼ਬਦਾਵਲੀ ਸਾਡੀ ਕੌਮ ਦੇ ਵਿੱਚ ਸਾਰਿਆਂ ਨੂੰ ਮਿਲ ਜਾਵੇ, ਅਤੇ ਫਿਰ ਮੇਰਾ ਖਿਆਲ ਕੋਈ ਵੀ ਜਿਹੜਾ ਜੀ ਉਹ ਸਿੱਖ ਬਣਨ ਤੋਂ ਇਨਕਾਰੀ ਨਹੀਂ ਹੋਊਗਾ। ਅਸੀਂ ਸ਼ਬਦਾਵਲੀ ਆਪਣੀ ਬੜੀ ਇਹੋ ਜਿਹੀ ਕਰ ਲਈ ਹੈ ਕਿ ਹਰ ਬੰਦਾ ਜਿਹੜਾ ਸੋਚਣ ਲੱਗ ਗਿਆ ਕਿ ਆਹ ਬੰਦਾ ਮੇਰੇ ਗੱਲ ਪਊਗਾ। ਤੋ ਇਸ ਕਰਕੇ ਜਿਹੜਾ ਜੀ ਮੈਂ ਧੰਨਵਾਦ ਕਰਦਾ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਪ੍ਰਮੋਟ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਸਿੱਖ ਅਤੇ ਚੁੱਪ ਕਰ ਜਾਵੇ, ਇਹ ਦੋ ਚੀਜ਼ਾਂ ਮਿਲਦੀਆਂ ਨੇ ਆਪਸ ਦੇ ਵਿੱਚ, ਜੇ ਕਿਤੇ ਮਿਲਦੀਆਂ ਨੇ ਤੇ ਮਾਫ ਕਰਨਾ, ਮੇਰਾ ਫਿਰ ਬਹੁਤ ਸਟੇਟ ਫਾਰਵਰਡ ਆਂਸਰ ਹੋਊਗਾ, ਉਹ ਸਿੱਖ ਨਹੀਂ ਗਾ ਜਿਹੜਾ ਇਹ ਕਹਿ ਕੇ ਦੇਖ ਕੇ ਜਿਹੜਾ ਜੀ ਉਹ ਚਲੇ ਜਾਵੇ ਕਿ ਜੋ ਹੁੰਦਾ ਉਹ ਦੇਖੀ ਜਾਣ ਦਿਓ, ਹੋਈ ਜਾਣ ਦਿਓ, ਮੈਂ ਇਹਨੂੰ ਇਗਨੋਰ ਕਰਕੇ ਚਲ ਜੂੰਗਾ। ਨੌਵੇਂ ਪਾਤਸ਼ਾਹ
ਜਿਹੜੇ ਸੀਗੇ ਜਦੋਂ ਉਹਨਾਂ ਦੀ ਕੁਰਬਾਨੀ ਹੋਈ ਆ, ਇਤਿਹਾਸ ਦੱਸਦਾ ਹੈ ਕਿ ਜਿਹੜੇ ਉਹਨਾਂ ਦਾ ਜਿਹੜਾ ਸਰੀਰ ਸੀਗਾ ਜੀ ਉਹ ਪਿਆ ਸੀਗਾ, ਔਰ ਇਹ ਚੈਲੰਜ ਕੀਤਾ ਗਿਆ ਸੀਗਾ ਕਿ ਹੈ ਕੋਈ ਸਿੱਖ ਤਾਂ ਇਹਨੂੰ ਚੁੱਕ ਕੇ ਦਿਖਾਵੇ। ਸਿੱਖੀ ਨੂੰ ਮੰਨਣ ਵਾਲੇ ਉਦੋਂ ਵੀ ਬਥੇਰੇ ਖੜ੍ਹੇ ਸੀਗੇ ਜਿਹੜੇ ਫਿਰ 1699 ਦੇ ਵਿੱਚ ਜਿਹੜਾ ਥਾਪਿਆ ਗਿਆ ਇਹ ਜਿਹੜਾ ਸਿੱਖ, ਉਹ ਇਸ ਕਰਕੇ ਸੀਗਾ ਕਿ ਇਹਨੂੰ ਇੱਕ ਆਈਡੈਂਟੀ ਜਿਹੜੀ ਸੀਗੀ ਉਹ ਲਾਤੀ ਦਸਵੇਂ ਪਾਤਸ਼ਾਹ ਨੇ, ਕਿ ਲੈ ਬਈ ਹੁਣ ਇਹ ਨਹੀਂ ਕੋਈ ਕਹਿ ਸਕੂਗਾ ਕਿ ਉਹ ਫਲਾਨਾ ਸਿੱਖ ਖੜ੍ਹਾ ਅਤੇ ਉਹ ਬੋਲਦਾ ਨੀਗਾ। ਜੇ ਹੁਣ ਵੀ ਨਾ ਬੋਲੇ ਤਾਂ ਮਾਫ ਕਰਨਾ, ਹਮਲਾ ਜਿਹੜਾ ਇਹ ਪੰਜਾਬੀਅਤ ਦੇ ਉੱਤੇ, ਪੰਜਾਬੀ ਦੇ ਉੱਤੇ ਘੱਟ ਹੈ, ਇਹ ਹਮਲਾ ਹੀ ਸਿੱਖੀ ਦੇ ਉੱਤੇ ਆ। ਰੀਅਲ ਦੇ ਵਿੱਚ ਜੇ ਤੁਸੀਂ ਪੁੱਛੋ ਤਾਂ ਇਹਦੇ ਮੈਂ ਕਈ ਮਿਸਾਲਾਂ ਦੇ ਸਕਦਾ, ਮੈਂ ਉਸ ਪਾਸੇ ਵੱਲ ਨੂੰ ਨਹੀਂ ਜਾਊਂਗਾ, ਗੱਲ ਲੰਮੀ ਹੋ ਜਾਊਗੀ, ਫਿਰ ਇੱਥੇ ਹੀ ਜਿਹੜਾ ਜੀ ਉਹ ਨਿਬੇੜ ਦਊਂਗਾ ਕਿ ਜੇ ਸਿੱਖ ਹੁਣ ਵੀ ਨਾ ਬੋਲਿਆ ਤਾਂ ਫਿਰ ਸਿੱਖ ਕਦੋਂ ਬੋਲੂਗਾ। ਇਹਦਾ ਜਵਾਬ ਮੈਂ ਸਿੱਖ ਕੌਮ ਨੂੰ ਮੰਨਣ ਵਾਲਿਆਂ ਦੇ ਮੂਹਰੇ ਜਿਹੜਾ ਜੀ ਉਹ ਰੱਖਦਾ ਹਾਂ ਸਵਾਲ ਇਹ, ਔਰ ਉਹ ਜਵਾਬ ਆਪਣੇ ਅੰਦਰੋਂ ਜ਼ਰੂਰ ਲੱਭਣ ਜੀ। ਬਿਲਕੁਲ ਜੀ, ਐਡਮਿੰਟਨ ਤੋਂ ਹੈਪੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹੈਪੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇੱਕ ਤਾਂ ਮੈਨੂੰ ਸਰ ਜਿਹੜੀ ਇਹ ਭਗਵੰਤ ਮਾਨ ਵਾਲੇ ਦੇ ਰੋਲੇ ਰੱਪੇ ਵਾਲੀ ਗੱਲ ਚੱਲ ਰਹੀ ਆ, ਇੱਕ ਤਾਂ ਮੈਂ ਇਹਦੇ ਵਿੱਚ ਇਹ ਦੇਖ ਰਿਹਾ ਸੀਗਾ ਜੀ, ਜੇ ਮੰਨ ਲਓ ਵੀ ਉੱਥੇ ਪਾਰਲੀਮੈਂਟ ਦੇ ਲਾਗੇ ਛਾ ਕੇ ਕਿਤੇ ਇਸ ਤਰ੍ਹਾਂ ਦਾ ਕੋਈ ਸਾਈਨ ਬੋਰਡ ਲੱਗਿਆ ਵੀ ਇੱਥੇ ਫੋਟੋ ਖਿੱਚਣਾ ਜਾਂ ਵੀਡੀਓ ਬਣਾਉਣਾ ਮਨਾ ਹੈ, ਜਾਂ ਆਪਣੇ ਜਿਵੇਂ ਇੱਧਰ ਬਾਹਰਲੇ ਆਪਣਾ ਹੁੰਦਾ ਕਿ ਇੱਥੇ ਆਹ ਚੀਜ਼ ਪ੍ਰੋਹਿਬਿਟਡ ਆ, ਹੈ ਨਾ, ਤੁਸੀਂ ਇਹ ਨਹੀਂ ਕਰ ਸਕਦੇ, ਤੇ ਫਿਰ ਉਹਦੇ ਵਿੱਚ ਉਹਨੂੰ ਗਿਣਿਆ ਜਾ ਸਕਦਾ ਵੀ ਇਹਦੇ ਬਾਵਜੂਦ ਵੀ ਉਹ ਕਰ ਰਿਹਾ ਤਾਂ ਵੀ ਉਹ ਗੁਨਾਹਗਾਰ ਆ ਜੀ। ਸੈਕਿੰਡਲੀ ਜਿਹੜਾ ਸੀਗਾ ਜੀ, ਪਿਛਲੇ ਟਾਈਮ ਦੇ ਵਿੱਚ ਕੋਈ ਆਈ ਸੀ ਨਿਊਜ਼, ਮੈਨੂੰ ਹੁਣ ਪਤਾ ਯਾਦ ਨਹੀਂ ਗਾ ਕਿਹੜਾ ਸੀਗਾ ਉਹ ਐਮ ਪੀ ਬੰਦਾ, ਵੀ ਉਹਨੇ ਕੁਛ ਉਹ ਜਿਹੜੀ ਆਈ ਡੀ ਵਗੈਰਾ ਉੱਥੇ ਚੈੱਕ ਕਰਦੇ ਆ ਅੰਦਰ ਜਾਣ ਲੱਗਿਆ, ਉਹ ਆਈਡੀਆਂ ਹੀ ਕੁਛ ਡੁਪਲੀਕੇਟ ਵਗੈਰਾ ਬਣਾ ਰੱਖੀਆਂ ਸੀਗੀਆਂ ਉਹਨੇ ਆਪਦੀ ਫੈਮਿਲੀ ਲਈ। ਇੱਕ ਪਿਛਲੇ ਟਾਈਮ 'ਚ ਸੀਗਾ ਜੀ, ਜਦੋਂ ਨੋਟਾਂ ਦੇ ਕੋਈ ਬੂਰੇ ਬਾਰੇ ਜੇ ਭਰ ਕੇ ਅੰਦਰ ਚਲੇ ਗਏ ਸੀਗੇ ਪਾਰਲੀਮੈਂਟ 'ਚ, ਉਦੋਂ ਇਹ ਸਿਕਿਉਰਿਟੀ ਕਿੱਥੇ ਗਈ ਸੀ ਜਾਂ ਕੀ ਉਹਦੇ ਨਾਲੋਂ ਉਹਦੀ ਆਈਡੀਆਂ ਡੁਪਲੀਕੇਟ ਬਣਾਉਣ ਨਾਲੋਂ ਇਹ ਗੁਨਾਹ ਵੱਡਾ? ਇਹਦੇ ਆਧਾਰ ਤੇ ਨਹੀਂ ਜੀ ਉਹ ਫ੍ਰੀ ਹੋ ਸਕਦਾ ਕਿ ਜੇ ਉਹ ਬੰਦੇ ਨੂੰ ਇਹਨਾਂ ਨੇ ਕੀ ਫਾਹੇ ਟੰਗ ਦਿੱਤਾ ਜਾਂ ਕੀ ਕੀਤਾ ਉਹਦੇ ਲਈ? ਪਲੀਜ਼ ਜੀ ਨੂੰ ਵਿਊ ਦਿਓ ਜੀ। ਥੈਂਕ ਯੂ। ਥੈਂਕ ਯੂ। ਗੁੱਡ ਪੁਆਇੰਟ ਜਿਹੜਾ ਨੋਟਾਂ ਵਾਲਾ ਜੀ, ਮੈਂ ਐਪਰੀਸ਼ੀਏਟ ਕਰਦਾ ਜੀ ਤੁਹਾਡਾ, ਇਹ ਪੁਆਇੰਟ ਤਕਰੀਬਨ ਵਿਸਰਿਆ ਹੋਇਆ ਸੀ ਬਹੁਤਿਆਂ ਤੋਂ। ਬੀਜੇਪੀ ਵਾਲੇ ਹੀ ਲੈ ਕੇ ਗਏ ਸੀ ਇਹ ਨੋਟਾਂ ਦੀਆਂ ਗੱਡੀਆਂ ਜੀ, ਔਰ ਉਹਨਾਂ ਨੋਟਾਂ ਦੀ ਜਗ੍ਹਾ ਦੇ ਉੱਤੇ ਕੁਛ ਵੀ ਅੰਦਰ ਜਾ ਸਕਦਾ ਸੀਗਾ। ਸਵਾਲ ਜਿਹੜਾ ਤੁਹਾਡਾ ਉਹ ਹੈ ਬਿਲਕੁਲ ਇਹ ਪੁਆਇੰਟ ਹੈ। ਜਦੋਂ ਤੱਕ ਮੈਂ ਚੇਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਾਰਲੀਮੈਂਟ ਮੈਂ ਦੇਖੀ ਆ, ਮੈਨੂੰ ਨਹੀਂ ਲੱਗਦਾ ਜੀ ਕਿ ਕਿਸੇ ਜਗ੍ਹਾ ਦੇ ਉੱਤੇ ਇੱਦਾਂ ਦਾ ਕੋਈ ਜਿਹੜਾ ਫੋਟੋ ਖਿੱਚਣਾ ਜਾਂ ਵੀਡੀਓਗ੍ਰਾਫੀ ਕਰਨੀ ਜਿਹੜੀ ਉਹ ਮਨਾਹੀ ਹੈ, ਕਿਉਂਕਿ ਸਾਰਾ ਮੀਡੀਆ ਉਹ ਮੇਨ ਰੋਡ ਦੇ ਉੱਤੇ ਹੀ ਹੁੰਦਾ ਅਤੇ ਮੀਡੀਆ ਉਸੇ ਹੀ ਰਾਹ ਥਾਣੀ ਜਾਂਦਾ ਜਿਹਦੇ ਰਾਹ ਥਾਣੀ ਭਗਵੰਤ ਮਾਨ ਹੁਰੀ ਜਿਹੜੇ ਆ ਜੀ ਉਹ ਗਏ ਨੇ, ਉੱਥੋਂ ਹੀ ਉਹਨਾਂ ਦੇ ਪਾਸ ਬਣੇ ਹੋਏ ਨੇ, ਉੱਥੋਂ ਹੀ ਉਹ ਕ੍ਰੋਸ ਕਰਦੇ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਉਹ ਵੀਡੀਓ ਬਣਾ ਕੇ ਕ੍ਰੋਸ ਨਹੀਂ ਸੀ ਜਿਹੜਾ ਜੀ ਉਹ ਕਰਦੇ, ਆਹੀ ਫਰਕ ਹੈ ਜੀ, ਇਦੋਂ ਵੱਧ ਹੋਰ ਜਿਹੜਾ ਜੀ ਉਹ ਬਹੁਤਾ ਫਰਕ ਨਹੀਂ ਗਾ। ਪਰ ਜਿਹੜਾ ਤੁਹਾਡਾ ਪੁਆਇੰਟ ਹੈ ਇਹ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਜੀ, ਤੁਸੀਂ ਇਹ ਉਭਾਰਿਆ, ਮੈਂ ਅੱਗੋਂ ਉਭਾਰਨ ਦੀ ਇਹਨੂੰ ਕੋਸ਼ਿਸ਼ ਜ਼ਰੂਰ ਕਰੂੰਗਾ ਜੀ। ਜਿਹੜੇ ਪੁਆਇੰਟ ਕੁਛ ਉੱਭਰ ਰਹੇ ਨੇ ਉਹ ਸਲਵਿੰਦਰ ਸਿੰਘ ਵਾਲਾ ਵੱਡਾ ਪੁਆਇੰਟ ਹੈ ਕਿ ਇੱਕ ਤਾਂ ਉਹ ਜਿਹੜਾ ਜੀ ਲਿਆ ਕਿ ਅੱਤਵਾਦੀ ਤੁਹਾਡੇ ਮੁਲਕ 'ਚ ਛੱਡਦਾ ਆਪਣੀਆਂ ਗੱਡੀਆਂ 'ਚ ਬਿਠਾ ਕੇ, ਐੱਨ ਆਈ ਏ ਉਹਨੂੰ ਕਲੀਨ ਚਿੱਟ ਦੇ ਦਿੰਦੀ ਆ। ਦੂਜਾ ਪੁਆਇੰਟ ਇਹ ਆ ਕਿ ਜਿਹਦੇ ਉੱਤੇ ਮੁਲਕ ਦਾ ਹਰ ਲੀਡਰ ਜਿਹੜਾ ਜੀ ਤੋਹਮਤ ਲਾਈ ਜਾਂਦਾ ਕਿ ਆਈ ਐੱਸ ਆਈ ਉਹਦੇ ਬੰਦੇ ਆਉਂਦੇ ਆ ਬੱਸ 'ਚ ਬਿਠਾ ਕੇ, ਤੁਸੀਂ ਉਹਨਾਂ ਨੂੰ ਆਪਣਾ ਜਿਹੜਾ ਜੀ ਹਵਾਈ ਅੱਡਾ ਅਤੇ ਸਾਰਾ ਜਿੰਨੇ ਫੌਜ ਦੇ ਗੁਪਤ ਟਿਕਾਣੇ ਨੇ ਉਹ ਜਾ ਕੇ ਦਿਖਾਈ ਜਾਂਦੇ ਹੋ। ਅਤੇ ਦੂਜੀ ਗੱਲ ਕਿ ਜਿਹੜੇ ਲੋਕਾਂ ਨੂੰ ਸੱਦ ਸੱਦ ਕੇ ਤੁਸੀਂ ਡਿਨਰ ਕਰਾਉਂਦੇ ਹੋ, ਨਾਲ ਰੱਖਦੇ ਹੋ, ਉਹ ਵੀ ਤਾਂ ਤੁਹਾਡੀ ਇੱਥੋਂ ਜਾਣਕਾਰੀ ਜਿਹੜੀ ਹੈ ਜੀ ਉਹ ਲਿਜਾ ਸਕਦੇ ਨੇ। ਇਹ ਪੁਆਇੰਟ ਉਦੋਂ ਨਹੀਂ ਉਭਾਰੇ ਗਏ। ਮੈਨੂੰ ਨਹੀਂ ਲੱਗਦਾ ਕਿ ਜਿਹੜੀ ਬਾਕੀ ਆਪੋ ਆਪਣੀ ਰਾਏ ਆ ਕਿ ਇੱਕ ਜਿਹੜੀ ਵੀਡੀਓ ਆ ਛੋਟੀ ਜੀ ਉਹ ਅੱਤਵਾਦੀਆਂ ਦੀ ਮਦਦਗਾਰ ਹੋ ਸਕਦੀ ਹੈ, ਗੂਗਲ ਅਰਥ ਦੇ ਉੱਤੇ ਚਲੇ ਜਾਣਾ, ਇੰਡੀਅਨ ਪਾਰਲੀਮੈਂਟ ਇਨਸਾਈਡ ਪਾਉਣਾ, ਉਹਦੇ ਉੱਤੇ ਸਾਰਾ ਕੁਛ ਜਿਹੜਾ ਜੀ ਉਹ ਤੁਸੀਂ ਦੇਖ ਲਓਗੇ, ਇਕੱਲੀ ਇਕੱਲੀ ਸੀਟ ਦੇਖ ਲਓਗੇ ਕਿੱਥੇ ਲੱਗੀ ਹੋਈ ਹੈ ਜੀ। ਜੀ ਜੀ ਬਿਲਕੁਲ। ਤੇ ਅੱਗੇ ਜੀ ਐਸ ਸੁੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਇੱਕ ਕੁਐਸਚਨ ਹੈ ਜੀ ਪੰਨੂ ਸਾਹਿਬ, ਵੀ ਜਿਹੜੀ ਭਗਵੰਤ ਮਾਨ ਹੋਣਾਂ ਨੇ ਵੀਡੀਓ ਬਣਾਈ ਆ ਉਹ ਘਾਤਕ ਜ਼ਿਆਦਾ ਆ ਕਿ ਜਦੋਂ ਬੰਬੇ ਦੇ ਵਿੱਚ ਤਾਜ ਮਹਿਲ 'ਤੇ ਹਮਲਾ ਕੀਤਾ ਗਿਆ ਸੀ ਅਤੇ ਸਾਰੇ ਵਰਲਡ ਦੇ ਵਿੱਚ ਇਹ ਸਰਕਾਰੀ ਟੀਵੀ ਟੈਲੀਕਾਸਟ ਕਰ ਰਹੇ ਸੀ ਪ੍ਰੋਗਰਾਮ, ਉਹ ਘਾਤਕ ਸੀ ਕਿ ਇਹ ਜ਼ਿਆਦਾ ਘਾਤਕ ਆ ਦੇਸ਼ ਦੀ ਸੁਰੱਖਿਆ ਵਾਸਤੇ? ਥੈਂਕ ਯੂ।
ਬਿਲਕੁਲ ਹੁਣੇ ਇਹਦਾ ਮੈਂ ਆਂਸਰ ਦੇ ਕੇ ਹਟਿਆ ਜੀ, ਇਹ ਤੋਂ ਪਹਿਲੇ ਜਿਹੜੇ ਕਾਲਰ ਸੀ ਸਵਾਲ ਉਹਨਾਂ ਨਾਲ ਵੀ ਉਹੀ ਮਿਲਦਾ ਜੁਲਦਾ ਸੀ। ਹਾਂ ਤੁਹਾਡਾ ਪੁਆਇੰਟ ਜਿਹੜਾ ਜੀ ਉਹ ਇੱਕ ਇਹਦੇ ਵਿੱਚ ਹੋਰ ਐਡ ਹੁੰਦਾ, ਮੁੰਬਈ ਦੇ ਵਿੱਚ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਜਾਂ ਫਿਰ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਸੀਗਾ ਜੀ, ਖਾਸ ਤੌਰ ਦੇ ਉੱਤੇ ਜਦੋਂ ਕਮਾਂਡੋ ਉਤਰੇ ਨੇ ਉਹ ਜਿਹੜਾ ਸਾਰਾ ਕੁਛ ਦਿਖਾਇਆ ਜਾ ਰਿਹਾ ਸੀ। ਇਹ ਕਿਹਾ ਜਾ ਰਿਹਾ ਕਿ ਅੱਤਵਾਦੀ ਜਿਹੜੇ ਅੰਦਰ ਬੈਠੇ ਟੀਵੀ ਦੇ ਉੱਤੇ ਬੈਠ ਕੇ ਇਹਨੂੰ ਇੰਜੋਏ ਕਰ ਰਹੇ ਸੀਗੇ ਜੀ। ਤੇ ਅੱਗੇ ਸੀ ਗੁਰਪ੍ਰੀਤ ਸਿੰਘ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਬਹੁਮਤ ਮਿਲ ਰਿਹਾ ਜੀ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ, ਬਲਕਿ ਕਿਸੇ ਨੂੰ ਮਿਲਣ ਦੇ ਆਸਾਰ ਹੈ ਜੀ? ਥੈਂਕ ਯੂ। ਦੇਖੋ ਜੀ, ਜੇ ਅੱਜ ਵੋਟਾਂ ਪੈ ਜਾਂਦੀਆਂ ਨੇ, ਹੁਣ ਇਹਦੇ ਨਾਲ ਜੇ ਲੱਗੀ ਹੋਈ ਆ, ਇਹਨੂੰ ਤੁਸੀਂ 17 ਤੱਕ ਨਾਲ ਜਾਣਾ, ਉਦੋਂ ਤੱਕ ਕੀ ਸਿਚੁਏਸ਼ਨ ਬਣਦੀ ਆ ਉਹ ਡੇ ਬਾਈ ਡੇ ਆਪਾਂ ਸਾਂਝੀ ਕਰਦੇ ਹੀ ਆ ਕਿ ਨਵੇਂ ਜਿਹੜੀ ਸਿਚੁਏਸ਼ਨ ਆ ਕੀ ਬਣ ਰਹੀ ਹੈ, ਕਿੱਧਰ ਨੂੰ ਜਾ ਰਹੀ ਆ। ਜੇ ਅੱਜ ਪੈਂਦਾ ਤੇ ਦੇਖੋ ਦੋਨੋਂ ਪਾਰਟੀਆਂ ਜਿਹੜੀਆਂ ਨੇ ਅਕਾਲੀ ਬੀਜੇਪੀ ਤਾਂ ਮੁਕੰਮਲ ਸਫਾਏ ਵੱਲ ਨੂੰ ਤੇ ਕਾਂਗਰਸ ਜਿਹੜੀ ਆ ਜੀ ਉਹ ਸਫਾਏ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈ ਅੱਜ ਦੀ ਤਰੀਕ ਦੇ ਵਿੱਚ। ਅੱਜ ਦੀ ਸਿਚੁਏਸ਼ਨ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ 10 ਬੰਦਿਆਂ ਨੂੰ ਕਾਲ ਕਰ ਲੈਣਾ, ਡਾਇਰੈਕਟਰੀ ਜਿਹੜੀ ਆ ਬੇਸ਼ੱਕ ਉੱਥੋਂ ਲੱਭ ਲਓ ਨੈੱਟ ਤੋਂ ਜਿਹੜੀ ਲੱਭ ਲੈਣੀ ਆ, 10 ਬੰਦਿਆਂ ਨੂੰ ਫੋਨ ਕਰਕੇ ਅਗਲੇ ਹਫ਼ਤੇ ਜਦੋਂ ਆਪਾਂ ਕਾਲਸ ਲਵਾਂਗੇ ਤੇ ਇਹ ਦੱਸਣਾ ਕਿ ਉਹਦੇ ਵਿੱਚੋਂ ਕਿੰਨੇ ਬੰਦੇ ਨੇ ਕਿਹੜੀ ਪਾਰਟੀ ਨੂੰ ਚਾਹੁੰਦੇ ਨੇ, ਤੁਸੀਂ ਆਪ ਹੀ ਸਰਵੇ ਕਰ ਲਓ ਜੀ। ਹਾਂ ਬਿਲਕੁਲ ਜੀ। ਅੱਗੇ ਸਾਡੇ ਨਾਲ ਜੁੜੇ ਨੇ ਹਰਭਜਨ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਸਭ ਸਤਿ ਸ਼੍ਰੀ ਅਕਾਲ ਜੀ। ਇੱਕ ਸਵਾਲ ਕਰਨਾ ਸੀਗਾ ਛੋਟਾ ਜਿਹਾ, ਅੱਗੇ ਅੱਧਾ ਦਾ ਜਵਾਬ ਦੇ ਤਾ ਤੁਸੀਂ। ਆਪਣੇ ਇੱਥੇ ਕੋਈ ਏਦਾਂ ਦਾ ਵੀ ਰਿਵਾਜ ਹੈਗਾ ਜੀ, ਸਪੈਕਟੇਟਰ ਗੈਲਰੀ ਜਿਹੜੀ ਹੈ, ਦਰਸ਼ਕਾਂ ਦੀ ਗੈਲਰੀ, ਦਰਸ਼ਕਾਂ ਅੰਦਰ ਜਾ ਕੇ ਬਹਿ ਕੇ ਦੇਖ ਸਕਦੇ ਸਾਰਾ ਪ੍ਰੋਗਰਾਮ ਆਪਣੇ ਪਾਰਲੀਮੈਂਟ ਦਾ? ਥੈਂਕ ਯੂ। ਬਿਲਕੁਲ ਜੀ, ਬਿਲਕੁਲ ਦੇਖ ਸਕਦੇ ਆ ਜੀ, ਔਰ ਜਾਂਦੇ ਨੇ ਉੱਥੇ ਦਰਸ਼ਕ। ਮੇਰਾ ਖਿਆਲ ਇਹਦਾ ਵੀ ਕ੍ਰੈਡਿਟ ਜਿਹੜਾ ਜੀ ਉਹ ਭਗਵੰਤ ਹੋਰਾਂ ਨੂੰ ਇੰਨਾ ਕੁ ਜਾਂਦਾ ਕਿ ਉਹਨਾਂ ਦੇ ਹਲਕੇ ਦੇ ਵਿੱਚ ਪੈਂਦੇ ਬਹੁਤ ਸਾਰੇ ਸਕੂਲ ਜਿਹੜੇ ਨੇ ਉਹਨਾਂ ਨੇ ਆਪ ਸਕੂਲਾਂ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਨੂੰ ਜਿਹੜਾ ਜੀ ਉਹ ਉੱਥੇ ਲੈ ਕੇ ਗਏ ਨੇ। ਜਿੰਨਾ ਚਿਰ ਸੈਸ਼ਨ ਚੱਲਦਾ ਉਹ ਕਿਸੇ ਨਾ ਕਿਸੇ ਨੂੰ ਜਾਂਦੇ ਨੇ। ਮੈਂ ਖੁਦ ਦਰਸ਼ਕ ਗੈਲਰੀ ਦੇ ਵਿੱਚ ਬੈਠ ਕੇ ਕਾਰਵਾਈ ਜਿਹੜੀ ਆ ਜੀ ਉਹ ਦੇਖੀ ਹੋਈ ਆ ਜੀ। ਸਾਡੇ ਲਾਸਟ ਕਾਲਰ ਨੇ ਜੀ ਸੁਖੀ ਗਰੇਵਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਇਹ ਸੀਗਾ, ਜਿਵੇਂ ਈਡੀ ਨੇ ਤਲਬ ਕੀਤਾ ਸੀ ਜਦੋਂ ਮਜੀਠੀਆ ਸਾਹਿਬ ਨੂੰ, ਉਹਨਾਂ ਤੋਂ ਪੁੱਛ ਗਿੱਛ ਹੋਈ ਸੀ, ਕਿਉਂਕਿ ਉਸ ਤੋਂ ਬਾਅਦ ਕੋਈ ਉਹਨਾਂ ਦਾ ਮਤਲਬ ਪੱਕੇ ਤੌਰ ਤੇ ਕੋਈ ਨਾਮ ਆ ਜਿਹੜਾ ਉਹ ਨਹੀਂ ਮੂਹਰੇ ਆਇਆ? ਪਰ ਹੁਣ ਜਿਵੇਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਨੇ ਮਾਲ ਹਾਨੀ ਦਾ ਜਿਹੜਾ ਇਹਨਾਂ ਦੇ ਦਾਅਵਾ ਠੋਕਿਆ, ਉਹਦੇ ਵਿੱਚ ਤਲਬ ਕੀਤਾ ਗਿਆ ਵਾ 30 ਤਰੀਕ ਨੂੰ, ਜੁਲਾਈ ਨੂੰ ਮੇਰਾ ਖਿਆਲ ਆਪਾਂ ਜਦ ਵੀ ਉਹ ਆ ਰਹੇ ਨੇ, ਕੀ ਉਹਨਾਂ ਦੇ ਕੋਲ ਕੁਛ ਮਤਲਬ ਠੋਸ ਸਬੂਤ ਹੈਗੇ ਆ ਵੀ ਉਹ ਇਸ ਕਾਰਵਾਈ ਨੂੰ ਜਾਂ ਜੋ ਉਹਨਾਂ ਨੇ ਇਲਜ਼ਾਮ ਲਾਏ ਨੇ ਉਹ ਇਹਨਾਂ ਨੂੰ ਮਤਲਬ ਸਾਬਤ ਕਰ ਸਕਦੇ ਆ ਤੇ ਆਪਣਾ ਬਚਾਅ ਕਰ ਸਕਦੇ ਜੀ? ਥੈਂਕ ਯੂ। ਥੈਂਕ ਯੂ। ਪਹਿਲੀ ਤਾਂ ਗੱਲ ਇਹ ਕਿ 6,000 ਕਰੋੜ ਰੁਪਈਏ ਦੇ ਡਰੱਗ ਰੈਕਟ ਵਾਲਾ ਮਾਮਲਾ ਮੁੱਕਿਆ ਨਹੀਂ ਜੀ, ਉਹ ਇਨਫੋਰਸਮੈਂਟ ਡਾਇਰੈਕਟੋਰੇਟ ਉਹਦੀ ਅਜੇ ਵੀ ਜਿਹੜੀ ਆ ਜੀ ਉਹ ਛਾਣਬੀਣ ਕਰੀ ਜਾਂਦੀ ਆ। ਜਿਵੇਂ ਨਿਰੰਜਨ ਸਿੰਘ ਹੋਰਾਂ ਦਾ ਤਬਾਦਲਾ ਹੋਇਆ, ਮੁੜ ਕੇ ਉਹ ਅਦਾਲਤਾਂ ਦੇ ਵਿੱਚ ਮਾਮਲਾ ਗਿਆ, ਉੱਥੋਂ ਫਿਰ ਉਹ ਮੁੜ ਕੇ ਜਿਹੜਾ ਜੀ ਆਏ, ਇਹ ਸਾਰਾ ਕੁਛ ਜਿਹੜਾ ਜੀ ਇਸ਼ਾਰਾ ਕਿਹੜੇ ਪਾਸੇ ਵੱਲ ਨੂੰ ਕਰਦਾ ਤੁਹਾਨੂੰ ਪਤਾ ਹੀ ਆ। ਇਹ ਜਿਹੜੀ ਜੀ ਜਿੰਨੀ ਦੇਰ ਤੱਕ ਇਹਦਾ ਚਲਾਣ ਪੇਸ਼ ਨਹੀਂ ਹੋ ਜਾਂਦਾ ਸਾਰਾ ਕੁਛ, ਉਨੀ ਦੇਰ ਤੱਕ ਕੁਛ ਨਹੀਂ ਕਿਹਾ ਜਾ ਸਕਦਾ। ਜਿਹੜੀ ਆਮ ਆਦਮੀ ਪਾਰਟੀ ਦੇ ਕੁਛ ਨੇਤਾ ਜਿਨ੍ਹਾਂ ਨੇ ਜਿਹੜੀ ਪੁੱਛ ਗਿੱਛ ਹੋਈ ਸੀਗੀ ਉਹਦੀਆਂ ਕੁਛ ਕਾਪੀਆਂ ਰਿਲੀਜ਼ ਕੀਤੀਆਂ ਸੀਗੀਆਂ ਕੁਛ ਸਮਾਂ ਪਹਿਲਾਂ, ਜੇ ਤੁਹਾਨੂੰ ਯਾਦ ਹੋਣ ਤਾਂ ਉਹ ਕਾਪੀਆਂ ਬਹੁਤ ਸਾਰੇ ਲੋਕਾਂ ਦੇ ਕੋਲ ਹੈਗੀਆਂ ਨੇ। ਉਹਦੇ ਵਿੱਚ ਨਾਮ ਜਿਹੜਾ ਜੀ ਉਹ ਪੁੱਛਗਿੱਛ ਦੇ ਦੌਰਾਨ ਕੁਛ ਜਿਹੜੇ ਬੰਦੇ ਫੜੇ ਹੋਏ ਨੇ ਇਸੇ ਮਾਮਲੇ ਦੇ ਵਿੱਚ, ਚਿੱਟੇ ਵਾਲੇ ਮਾਮਲੇ 'ਚ, ਉਹਨਾਂ ਨੇ ਲਿਆ ਸੀਗਾ ਜੀ। ਅਤੇ ਜਿਹੜੀ ਮਸ਼ਹੂਰੀ ਆ ਉਹ ਕਈ ਬੰਦਿਆਂ ਦੇ ਨਾਮ ਜਿਹੜੇ ਕੈਨੇਡਾ ਦੇ ਵਿੱਚ ਵੀ ਨੇ ਉਹਨਾਂ ਦੇ ਵੀ ਨਾਂ ਉਹਦੇ ਵਿੱਚ ਜਿਹੜੇ ਆ ਜੀ ਬੋਲਦੇ ਆ। ਇਹ ਮਾਮਲਾ ਸਮਾਪਤ ਨਹੀਂ ਹੋਇਆ, ਇਹ ਉੱਥੇ ਹੀ ਆ ਅਜੇ ਵੀ, ਸ਼ਾਇਦ ਸਮੇਂ ਦੀ ਜਿਹੜੀ ਆ ਜੀ ਉਹ ਇੰਤਜ਼ਾਰ ਹੈ, ਕਿਉਂਕਿ ਅਜੇ ਪਾਵਰ ਦੇ ਵਿੱਚ ਨੇ ਉਹ, ਇਸ ਕਰਕੇ ਅਜੇ ਕੁਛ ਕਾਰਵਾਈ ਨਹੀਂ ਹੋਈ ਉਹਦੇ 'ਤੇ ਜੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਅਤੇ ਹੁਣ ਅਗਲੇ ਹਫ਼ਤੇ ਫਿਰ ਮਿਲਾਂਗੇ ਸਾਰੇ ਸਰੋਤਿਆਂ ਨੂੰ। ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।